ਪੰਜਾਬ ਦੀ ਤਕਰੀਬਨ 3 ਕਰੋੜ ਦੀ ਆਬਾਦੀ ਹੈ ਅਤੇ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਤਕਰੀਬਨ 3000 ਤੋਂ ਵੱਧ ਟੈਸਟ ਹੋ ਚੁੱਕੇ ਹੈ, ਪਰ ਪੰਜਾਬ ਵਿੱਚ ਜਿਹੜਾ ਡੈਥ ਰੇਟ ਹੈ ਉਹ ਕੌਮੀ ਔਸਤ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਤਕਰੀਬਨ ਤਿੰਨ ਗੁਣਾ ਉਹ ਡੈਥ ਰੇਟ ਜ਼ਿਆਦਾ ਹੈਗਾ। ਮੈਂ ਕੇ ਪੀ ਸਿੰਘ ਟੂ ਦਾ ਪੁਆਇੰਟ ਵਿੱਚ ਤੁਹਾਡਾ ਸਵਾਗਤ ਕਰਦਾ, ਇਹਨਾਂ ਸਾਰੇ ਮੁੱਦਿਆਂ 'ਤੇ ਹੋਵੇਗੀ ਚਰਚਾ। ਮੈਂ ਗਗਨਦੀਪ ਚੌਹਾਨ ਅਤੇ ਇਹਨਾਂ ਮੁੱਦਿਆਂ ਦੇ ਨਾਲ ਨਾਲ ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸਰਕਾਰ ਜਿਹੜੀ ਤਿਆਰੀਆਂ ਦੇ ਦਾਅਵੇ ਕਰ ਰਹੀ ਹੈ ਉਹ ਦਾਅਵੇ ਅਸਲੀਅਤ ਵੀ ਜਿਹੜਾ ਹੈਗਾ ਉਹ ਪ੍ਰੈਕਟੀਕਲੀ ਜੇਕਰ ਉਹਨਾਂ ਨੂੰ ਦੇਖਿਆ ਜਾਵੇ, ਕਾਗਜ਼ 'ਤੇ ਤਿਆਰੀ ਇੱਕ ਵੱਖਰੀ ਗੱਲ ਹੈ, ਜਦੋਂ ਜ਼ਮੀਨੀ ਹਕੀਕਤ ਵਿੱਚੋਂ ਦਾਅਵੇ ਤਬਦੀਲ ਹੋਣਗੇ ਤਾਂ ਉਹ ਕਿੰਨੇ ਖਰੇ ਉਤਰਨਗੇ, ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ। ਕੁੱਲ ਮਿਲਾ ਕੇ ਸਵਾਲ ਇੱਕੋ ਪੁੱਛਿਆ ਜਾਵੇਗਾ ਕਿ ਸਰਕਾਰ ਦੀਆਂ ਤਿਆਰੀਆਂ ਕੀ ਹੈਗੀਆਂ ਅਤੇ ਸਾਰੇ ਲੋਕਾਂ ਦਾ ਸਹਿਯੋਗ ਕੀ ਹੈਗਾ, ਅਤੇ ਇਸ ਦੇ ਵਿਚਾਲੇ ਸਵਾਲ ਇੱਕੋ ਹੀ ਬਣਦਾ ਹੈਗਾ, ਕੋਰੋਨਾ ਖਿਲਾਫ਼ ਕਿਵੇਂ ਜਿੱਤੇਗਾ ਪੰਜਾਬ। ਵੱਡਾ ਸਵਾਲ ਇੱਕੋ ਪੁੱਛਿਆ ਜਾਵੇਗਾ ਚਰਚਾ ਦੇ ਵਿੱਚ, ਵੱਡਾ ਸਵਾਲ ਇਹ ਪੁੱਛਿਆ ਜਾਵੇਗਾ ਕੋਰੋਨਾ ਮਹਾਂਮਾਰੀ ਨਾਲ ਲੜਨ ਲਈ ਪੰਜਾਬ ਦੀਆਂ ਤਿਆਰੀਆਂ 'ਤੇ ਕਿਹੜੇ ਸਵਾਲ ਬਾਕੀ ਹੈ ਅਤੇ ਜਿਹੜੇ ਸਵਾਲ ਬਾਕੀ ਹੈ ਉਹ ਸਵਾਲ ਸਰਕਾਰ ਤੋਂ ਲੈਣੇ ਬਣਦੇ ਆ, ਅਤੇ ਸਰਕਾਰ ਦੇ ਨੁਮਾਇੰਦੇ ਸਾਡੇ ਨਾਲ ਮੌਜੂਦ ਰਹਿਣਗੇ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਪੋਲੀਟੀਕਲ ਐਡਵਾਈਜ਼ਰ ਨੇ ਮੁੱਖ ਮੰਤਰੀ ਪੰਜਾਬ ਦੇ ਕੈਪਟਨ ਸੰਦੀਪ ਸਿੰਘ ਸੰਧੂ, ਜਿਹਨਾਂ ਬਾਰੇ ਜਾਣਨਾ ਇਹ ਜ਼ਰੂਰੀ ਹੋਵੇਗਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਸੱਤਾ ਤੋਂ ਬਾਹਰ ਸੀ ਤਾਂ ਇਹਨਾਂ ਔਖਿਆ ਵੇਲਿਆਂ ਦੇ ਵਿੱਚ ਕੈਪਟਨ ਸੰਦੀਪ ਸਿੰਘ ਸੰਧੂ ਨੇ ਉਹਨਾਂ ਦਾ ਸਾਥ ਨਹੀਂ ਛੱਡਿਆ, ਉਹਨਾਂ ਨਾਲ ਰਹੇ, ਅਤੇ ਹੁਣ ਜੋ ਕੈਪਟਨ ਅਮਰਿੰਦਰ ਸਿੰਘ ਕੋਈ ਰਣਨੀਤੀ ਘੜਦੇ ਆ ਤਾਂ ਉਹ ਰਣਨੀਤੀ ਜਿਹੜੀ ਘੜੀ ਜਾਂਦੀ ਆ ਉਹਨਾਂ ਦੇ ਮੁੱਖ ਨੀਤੀ ਘੜਿਆਂ ਵਿੱਚੋਂ ਇੱਕ ਨੇ ਕੈਪਟਨ ਸੰਦੀਪ ਸਿੰਘ ਸੰਧੂ। ਜਿਸ ਤਰੀਕੇ ਨਾਲ ਕੰਮ ਕਰਦੇ ਆ, ਮੰਨਿਆ ਜਾਂਦਾ ਕਿ ਅਨੁਸ਼ਾਸਨ ਦੇ ਵਿੱਚ ਰਹਿ ਕੇ ਕੰਮ ਕਰਦੇ ਆ ਅਤੇ ਅਨੁਸ਼ਾਸਨ ਇਹਨਾਂ ਨੂੰ ਬਹੁਤ ਪਿਆਰਾ ਹੈਗਾ, ਇਹਨਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਪੰਜਾਬ ਸਰਕਾਰ ਹੁਣ ਕਿੰਨੀ ਅਨੁਸ਼ਾਸਨ ਵਿੱਚ ਹੈ ਅਤੇ ਪੰਜਾਬ ਦੀ ਜਨਤਾ ਇਸ ਅਨੁਸ਼ਾਸਨ ਨੂੰ ਕਿੰਨਾ ਮੰਨ ਰਹੀ ਹੈ। ਕੈਪਟਨ ਸੰਦੀਪ ਸਿੰਘ ਸੰਧੂ, ਤੁਹਾਡਾ ਬਹੁਤ ਸਵਾਗਤ ਹੈ। ਕੈਪਟਨ ਸੰਦੀਪ ਸਿੰਘ ਸੰਧੂ, ਬਹੁਤ ਵੱਡਾ ਸਵਾਲ ਨਹੀਂ ਹੈ, ਬਹੁਤ ਛੋਟਾ ਸਵਾਲ ਹੈ, ਕੋਰੋਨਾ ਖਿਲਾਫ਼ ਪੰਜਾਬ ਹੈ, ਉਸ ਦੀ ਤਿਆਰੀ 'ਤੇ ਕੋਈ ਸ਼ੱਕ ਸਰਕਾਰ ਨੂੰ ਹੈ? ਜੇ ਸ਼ੱਕ ਹੈ ਤਾਂ ਕੀ ਕੇਂਦਰ ਵੱਲੋਂ ਕੋਈ ਤੁਹਾਨੂੰ ਪੈਕੇਜ ਦਾ ਇੰਤਜ਼ਾਰ ਹੈ ਜਾਂ ਸਿਰਫ ਆਪਦੀ ਤਿਆਰੀ 'ਤੇ ਕੋਈ ਸ਼ੱਕ ਹੈਗਾ? ਨਹੀਂ ਜੀ, ਨਾ ਤਾਂ ਕੋਈ ਕੇਂਦਰ ਦੇ ਵੱਲੋਂ ਕਿਸੇ ਗੱਲ ਦਾ ਸ਼ੱਕ ਹੈਗਾ ਔਰ ਨਾ ਹੀ ਪੰਜਾਬ ਸਰਕਾਰ ਦੀ ਨੇ ਜਿਹੜੀ ਤਿਆਰੀ ਕੀਤੀ ਵੀ ਹੈ, ਜਿਹੜੀ ਯੋਜਨਾ ਕਹਿ ਲਓ ਬੰਨੀ ਵੀ ਹੈ, ਰਣਨੀਤੀ ਬਣਾਈ ਵੀ ਹੈ, ਨਾ ਉਹਦੇ ਵਿੱਚ ਕਿਸੇ ਗੱਲ ਦਾ ਸ਼ੱਕ ਹੈ। ਕੈਪਟਨ ਸੰਦੀਪ ਸਿੰਘ ਸੰਧੂ, ਤੁਹਾਡੇ ਬਾਰੇ ਜਾਣਿਆ ਜਾਂਦਾ ਕਿ ਤੁਸੀਂ ਬਹੁਤ ਸੌਖੇ ਸ਼ਬਦਾਂ ਦੇ ਵਿੱਚ ਛੋਟੀ ਗੱਲ ਛੋਟਾ ਜਵਾਬ ਦੇਣ ਦੇ ਵਿੱਚ ਮਾਹਰ ਮੰਨੇ ਜਾਂਦੇ ਹੋ। ਕੈਪਟਨ ਸੰਦੀਪ ਸਿੰਘ ਸੰਧੂ, ਪੰਜਾਬ ਦੇ ਵਿੱਚ ਜਿਹੜਾ ਡੈਥ ਰੇਟ ਹੈ, ਜਿਹੜੀ ਹੁਣ ਤੱਕ ਸਾਡੇ ਕੋਲ ਰਿਪੋਰਟ ਹੈ ਕੀ ਹੈ, ਉਹ ਡੈਥ ਰੇਟ ਕੌਮੀ ਔਸਤ ਨਾਲੋਂ ਕਿਤੇ ਜ਼ਿਆਦਾ ਹੈਗਾ, ਉਹਦੀ ਵਜ੍ਹਾ ਕੀ ਮੰਨਦੇ ਹੋ ਤੁਸੀਂ? ਬਿਲਕੁਲ, ਤੁਹਾਡਾ ਇਹ ਸਵਾਲ ਦਰੁਸਤ ਹੈ ਔਰ ਜਿਹੜੀ ਤੁਸੀਂ ਗੱਲ ਆਖੀ ਇਹ ਵੀ ਬਿਲਕੁਲ ਸੱਚੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਡੈਥ ਰੇਟ ਹੈ ਉਹਦੇ ਮੁੱਖ ਦੋ ਕਾਰਨ ਹਨ। ਇੱਕ ਤਾਂ ਜਿਹੜੇ ਡੈਥ ਹੋਈਆਂ ਸ਼ੁਰੂ ਦੇ ਵਿੱਚ ਉਹਨਾਂ ਦੇ ਵਿੱਚ ਉਮਰ ਜਿਹੜੀ ਸੀਗੀ 70 ਸਾਲ ਪਲੱਸ ਸੀ, ਔਰ ਦੂਸਰਾ ਮੁੱਖ ਕਾਰਨ ਇਹ ਸੀ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਇੰਨੇ ਬੇਨਤੀਆਂ ਦੇ ਬਾਵਜੂਦ ਲੋਕ ਆਪਦੀ ਬਿਮਾਰੀ ਹੈ ਜਿਹੜੀ ਇਸਨੂੰ ਛੁਪਾਉਣ ਦੀ ਕੋਸ਼ਿਸ਼ ਜ਼ਿਆਦਾ ਕਰ ਰਹੇ ਆ, ਔਰ ਉਸ ਟਾਈਮ ਹੀ ਅੱਗੇ ਆਏ ਹੈਗੇ ਆ ਜਦੋਂ ਉਹ ਜਿਵੇਂ ਕਹਿ ਲਓ ਕਿ ਹਰ ਦਰਵਾਜ਼ੇ ਬੰਦ ਹੋ ਗਏ ਸੀ। ਕੈਪਟਨ ਸੰਦੀਪ ਸਿੰਘ ਸੰਧੂ, ਕਰੋੜਾਂ ਮਜ਼ਦੂਰ ਬੇਰੁਜ਼ਗਾਰ ਹੋ ਰਹੇ ਆ ਪੂਰੇ ਮੁਲਕ ਦੇ ਵਿੱਚ। ਸਵਾਲ ਹੈਗਾ ਲੁਧਿਆਣਾ ਦੇ ਕੰਗਨਵਾਲ ਦਾ, ਜਿੱਥੇ ਪ੍ਰਵਾਸੀ ਮਜ਼ਦੂਰਾਂ ਕੋਲ ਰਾਸ਼ਨ ਨਹੀਂ ਪਹੁੰਚਿਆ ਸੀ, ਸਾਡੇ ਕੋਲ ਪਹੁੰਚ ਚੁੱਕਿਆ, ਕਿ ਇਸ ਛੋਟੇ ਛੋਟੇ ਕਮਰਿਆਂ ਦੇ ਵਿੱਚ ਲੇਬਰ ਰਹਿ ਰਹੀ ਹੈ ਅਤੇ ਉਹਨਾਂ ਨੂੰ ਮੁਸ਼ਕਲ ਆ ਰਹੀ ਹੈ, ਇਸ 'ਤੇ ਹੁਣ ਤੁਸੀਂ ਟੀ ਵੀ 'ਤੇ ਕੀ ਕਹਿਣਾ ਚਾਹੁੰਦੇ ਹੋ? ਤੁਹਾਡਾ ਬਿਆਨ ਸਾਡੇ ਕੋਲ ਹੈਗਾ। ਦੇਖੋ ਇਸ ਤਰ੍ਹਾਂ ਜੀ, ਕੋਈ ਵੀ ਚੀਜ਼ ਜਦੋਂ ਆਪਾਂ ਸ਼ੁਰੂ ਕਰਦੇ ਹਾਂ ਔਰ ਉਸ ਚੀਜ਼ ਨੂੰ ਨਿਭਾਉਂਦੇ ਹਾਂ, ਕੋਈ ਵੀ ਕੰਮ ਪਰਫੈਕਟ 10/10 ਨਹੀਂ ਹੁੰਦਾ, ਉਹਦੇ ਵਿੱਚ ਕਮੀਆਂ ਹੁੰਦੀਆਂ ਔਰ ਰੋਜ਼ ਉਹ ਜਿਹੜੀਆਂ ਕਮੀਆਂ ਉਹ ਪੂਰੀਆਂ ਕੀਤੀਆਂ ਜਾਂਦੀਆਂ। ਜਿਸ ਕਿਸਮ ਦੀ ਤਿਆਰੀ ਲੁਧਿਆਣਾ ਪੁਲਿਸ ਨੇ, ਲੁਧਿਆਣਾ ਐਡਮਿਨਿਸਟ੍ਰੇਸ਼ਨ ਨੇ ਕੀਤੀ ਵੀ ਹੈ, ਭਾਵੇਂ ਉਹਨਾਂ ਨੇ ਜਿਹੜੇ ਕੰਟਰੋਲ ਰੂਮ ਸੈਟਅਪ ਕੀਤੇ ਆ ਉਹਨਾਂ ਨੂੰ ਲੈ ਕੇ, ਭਾਵੇਂ ਜਿਹੜੀ ਉਹ ਪਹੁੰਚ ਕਰ ਰਹੇ ਹੈਗੇ ਇੱਕ ਸਿਸਟਮ, ਇੱਕ ਯੋਜਨਾ, ਇੱਕ ਤਰੀਕੇ ਨਾਲ ਕਰਕੇ, ਮੈਂ ਮਹਿਸੂਸ ਕਰਦਾ ਅੱਜ ਦੇ ਦਿਨ 'ਚ ਉਹ ਬੜੀ ਸ਼ਲਾਘਾਯੋਗ ਹੈ। ਔਰ ਜੇ ਕਿਤੇ ਇਹ ਦੁੱਖ ਤਕਲੀਫ ਕਿਸੇ ਪਰਿਵਾਰ ਨੂੰ ਪਹੁੰਚੀ ਹੈ ਔਰ ਅੱਜ ਤੱਕ ਜੇ ਕੋਈ ਚੀਜ਼ ਨਹੀਂ ਪਹੁੰਚ ਸਕੀ ਤਾਂ ਕੋਸ਼ਿਸ਼ ਇਹ ਹੋਊਗੀ ਕਿ ਜਦੋਂ ਆਪਾਂ ਇਹ ਗੱਲਬਾਤ ਖਤਮ ਕਰਦੇ ਹਾਂ ਉਸ ਤੋਂ ਬਾਅਦ ਇਹ ਵਾਲਾ ਜਿਹੜਾ ਮੈਸੇਜ ਹੈ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਾਇਆ ਜਾਏ ਤਾਂ ਕਿ ਸਵੇਰ ਤੱਕ ਇਹ ਜਿਹੜੀ ਸ਼ਿਕਾਇਤ ਹੈ ਸ਼ਿਕਾਇਤ ਨਾ ਰਹੇ ਔਰ ਇਹ ਜਿਹੜਾ ਪਰਿਵਾਰ ਨੂੰ ਜੇ ਕੋਈ ਕਿਤੇ ਕਮੀ ਪੇਸ਼ੀ ਆਈ ਹੈ ਉਹ ਪੂਰੀ ਕੀਤੀ ਜਾਵੇ। ਕੈਪਟਨ ਸੰਧੂ, ਜਿਹੜਾ ਸਵਾਲ ਕੇ ਪੀ ਸਿੰਘ ਨੇ ਸ਼ੁਰੂਆਤ ਦੇ ਵਿੱਚ ਪੁੱਛਿਆ ਸੀਗਾ ਉਸੇ ਸਵਾਲ 'ਤੇ ਮੈਂ ਵਾਪਿਸ ਆ ਰਿਹਾ। ਇਹ ਪੈਂਡੈਮਿਕ ਸਿਚੁਏਸ਼ਨ ਇੱਕ ਅਜਿਹੀ ਹੈਗੀ ਹੈ ਜਿਹੜੀ ਸਿਰਫ ਇੱਕ ਸਟੇਟ ਗੌਰਮੈਂਟ ਦੇ ਲਈ ਨਹੀਂ, ਕਿਸੇ ਵੀ ਨੇਸ਼ਨ ਦੇ ਲਈ ਵੀ ਇਸ ਵੇਲੇ ਸਭ ਤੋਂ ਵੱਡਾ ਚੈਲੇਂਜ ਹੈ ਔਰ ਇੱਕ ਨਵਾਂ ਚੈਲੇਂਜ ਹੈ।
इस चैलेंज नू वेखते हुए अपनियां तैयारियां जिहड़ियां खिच्चियां ने, जिवें हुण लुधियाणा दा एक सवाल आया, कंगनवाल दा एक सवाल आया, इस तरह की प्रॉब्लम्स जिहड़ियां सामने आ रही ने, कि उसनू देख के कितें लगता है कि कितें कोई लूपहोल साडे कोलों रह रहा है, उसनू कंप्लीट कर लिया जावे? चौहान साहब, पहला तो देखो बीमारी इस किस्म की है कि बारे रोज ही नवे रुझान आते हैं, ये बीमारी फैलती कि है, ये बीमारी सिमटोमैटिक है तो वो लक्षण है, ये सिमटोमैटिक है तो की हैगी है, रोज वाकई जी थोड़ी तजवीज होंगी, जी प्लानिंग होंगी है, और रोज ही सुधार किया जाता है और सुधार करना पैदा है। जेडे तुसी गल्लां दसियां भावे कंगनवाल, देखो तुसी शुरुआत कीती आदि प्रोग्राम की, ਇਹ ਕਹਿ ਕੇ ਕਿ 3 ਕਰੋੜ ਦੀ ਆਬਾਦੀ ਵਾਲਾ ਪੰਜਾਬ ਹੈ, ਅੱਜ ਵੀ ਇਸ ਲੈਵਲ ਦਾ ਆਪਾਂ ਪੋਪੂਲੇਸ਼ਨ ਦੀ ਕਨਸੈਂਟ੍ਰੇਸ਼ਨ ਦੇਖੀਏ, ਔਰ ਅੱਜ 16 ਜਾਂ 17 ਦਿਨ ਹੋ ਗਏ ਲੋਕਡਾਊਨ ਤੇ ਕਰਫਿਊ ਤੇ, ਟੋਟਲ ਆਪਾਂ ਮਿਲਾ ਕੇ ਦੇਖੀਏ, ਜੇ ਕੋਈ ਸ਼ਿਕਾਇਤਾਂ ਆ ਰਹੀਆਂ, ਸ਼ਿਕਾਇਤਾਂ ਆਉਣੀਆਂ ਜਾਇਜ਼ ਹੈ, ਸ਼ਿਕਾਇਤਾਂ ਨੂੰ ਠੀਕ ਕਰਨਾ ਔਰ ਉਸਤੇ ਉਸਨੂੰ ਉਹਨਾਂ ਦੀ ਜੋ ਚੀਜ਼ ਜਿੱਤ ਲਈ ਪਹੁੰਚਾਉਣਾ ਉਹ ਡਿਊਟੀ ਬਣਦੀ ਹੈ, ਪਰ ਸ਼ਿਕਾਇਤਾਂ ਆਉਣਗੀਆਂ ਸਾਹਿਬ। ਐਡਾ ਵੱਡਾ ਸਿਸਟਮ ਹੈ, ਹਰ ਥਾਂ ਤੇ ਅਪਰੋਚ ਕਰਨ ਦੇ ਵਿੱਚ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਹੈ, ਔਰ ਉਸ ਕਮੀ ਨੂੰ ਜੇ ਅਸੀਂ ਮੰਨ ਕੇ ਅਗਲੇ ਦਿਨ ਪੂਰਾ ਕਰ ਲੈਂਦੇ ਹਾਂ, ਇਹਦਾ ਮਤਲਬ ਜਿਹੜੀ ਸਾਡੀ ਤਜਵੀਜ਼ ਅਗਲੇ ਦਿਨ ਦੀ ਬਣੀ, ਉਹਦੇ ਵਿੱਚ ਅਸੀਂ ਇਸ ਕਮੀ ਨੂੰ ਅਗਲੇ ਦਿਨ ਵਿੱਚ ਲਿਆ ਕੇ ਪੂਰਾ ਕਰ ਲਿਆ। ਕੈਪਟਨ ਸੰਦੀਪ ਸਿੰਘ ਸੰਧੂ, ਜਿਸ ਤਰੀਕੇ ਨਾਲ ਵਿਰੋਧੀ ਧਿਰਾਂ ਸਵਾਲ ਪੁੱਛਦੀਆਂ ਪਈਆਂ, ਮੈਂ ਵਿਰੋਧੀ ਧਿਰਾਂ ਦੇ ਸਵਾਲ ਨਹੀਂ ਪੁੱਛੂੰਗਾ, ਵਿਰੋਧੀ ਧਿਰਾਂ ਨੇ ਸਵਾਲ ਜ਼ਰੂਰ ਪੁੱਛਣੇ ਹੈਗੇ ਆ, ਮੈਂ ਸਵਾਲ ਤੁਹਾਨੂੰ ਇਸ ਕਰਕੇ ਪੁੱਛ ਰਿਹਾ ਕਿ ਜੇ ਜਿਸ ਤਰੀਕੇ ਨਾਲ ਬਾਕੀ ਸੂਬੇ ਤਿਆਰੀ ਕਰ ਰਹੇ ਆ, ਕੀ ਪੰਜਾਬ ਸਰਕਾਰ ਉਹਨਾਂ ਤਿਆਰੀਆਂ ਦੇ ਵਿਚਾਲੇ ਆਪਦੇ ਆਪ ਨੂੰ ਉਹਨਾਂ ਵਧੀਆ ਤਰੀਕੇ ਨਾਲ ਮਹਿਸੂਸ ਕਰ ਪਾ ਰਹੀ ਹੈ ਜਾਂ ਹਜੇ ਕੋਈ ਕਮੀ ਪੇਸ਼ੀ ਹੈ? ਮੇਰਾ ਸਵਾਲ ਇਸ ਕਰਕੇ ਹੈ ਕਿਉਂਕਿ ਜਿਹੜੇ ਕੇਂਦਰ ਸਰਕਾਰ ਜਾਂ ਬੀਜੇਪੀ ਦੇ ਨਾਲ ਸੰਬੰਧਿਤ ਸੂਬੇ ਹੈਗੇ ਆ, ਉਹਨਾਂ ਦੀ ਤਿਆਰੀ ਅਤੇ ਗੈਰ ਬੀਜੇਪੀ ਸੂਬਿਆਂ ਦੀ ਤਿਆਰੀ ਵਿੱਚ ਕੋਈ ਫਰਕ ਨਜ਼ਰ ਆਉਂਦਾ? ਕੈਪਟਨ ਸੰਦੀਪ ਸਿੰਘ ਸੰਧੂ, ਦੇਖੋ ਮੈਂ ਕਿਸੇ ਵੀ, ਦੇਖੋ ਤੁਸੀਂ ਵਿਰੋਧੀ ਪਾਰਟੀਆਂ ਦੀ ਗੱਲ ਕੀਤੀ, ਮੈਂ ਇੱਥੇ ਪਹਿਲਾਂ ਤੁਹਾਡੇ ਜਵਾਬ ਦੇਣ ਤੋਂ ਪਹਿਲਾਂ ਗੱਲ ਕਹਿਣੀ ਚਾਹੁੰਦਾ ਕਿ ਸੀਐਮ ਸਾਹਿਬ ਨੇ, ਕੈਪਟਨ ਅਮਰਿੰਦਰ ਸਿੰਘ ਜੀ ਨੇ ਵੀ ਬੜਾ ਇਸ 'ਤੇ ਇੱਕ ਵੱਡਾ ਬਿਆਨ ਦਿੱਤਾ ਸੀ, ਉਹਨਾਂ ਨੇ ਇਹੀ ਆਖਿਆ ਸੀ ਕਿ ਜਿਸ ਕਿਸਮ ਦਾ ਰੋਲ ਵਿਰੋਧੀ ਧਿਰਾਂ ਨਿਭਾ ਰਹੀਆਂ ਜਾਂ ਜਿਹੜੀਆਂ ਪੰਜਾਬ ਦੇ ਵਿੱਚ ਪਾਰਟੀਆਂ ਹੈਗੀਆਂ ਨਿਭਾ ਰਹੀਆਂ, ਉਹਨਾਂ ਦਾ ਉਹਨਾਂ ਨੇ ਸ਼ਲਾਘਾ ਵੀ ਕੀਤੀ ਔਰ ਉਹਨਾਂ ਦੇ ਜਿਸ ਤਰੀਕੇ ਨਾਲ ਉਹਨਾਂ ਨੇ ਪੰਜਾਬ ਗਵਰਨਮੈਂਟ ਦਾ ਸਾਥ ਦਿੱਤਾ, ਉਸ ਗੱਲ ਦਾ ਉਹਨਾਂ ਨੇ ਉਸਦਾ ਮਾਣ ਵੀ ਉਹਨਾਂ ਨੂੰ ਦਿੱਤਾ। ਇਸ ਤੋਂ ਇਲਾਵਾ ਸੀਐਮ ਸਾਹਿਬ ਰੈਗੂਲਰਲੀ ਜਿਹੜੀ ਲੀਡਰਸ਼ਿਪ ਹੈ ਵਿਰੋਧੀ ਧਿਰ ਦੀ ਜਾਂ ਜਿਹੜੀਆਂ ਵੀ ਸਟੇਟ ਲੀਡਰਸ਼ਿਪ ਹੈ ਉਹਨਾਂ ਨਾਲ ਫੋਨ 'ਤੇ ਇਨ ਟੱਚ ਹੈਗੇ ਹਨ। ਜਿਹੜਾ ਸਵਾਲ ਤੁਸੀਂ ਤਿਆਰੀ ਦਾ ਕੀਤਾ, ਦੇਖੋ ਕੇ ਪੀ ਜੀ, ਸਰਕਾਰ ਦੀ ਤਿਆਰੀ, ਕੈਪਟਨ ਸਾਹਿਬ ਦੀ ਇੱਕ ਖਾਸੀਅਤ ਹੈ ਸੀਐਮ ਸਾਹਿਬ ਦੀ ਕਿ ਜਿੱਥੋਂ ਤੱਕ ਐਡਮਿਨਿਸਟ੍ਰੇਸ਼ਨ ਦੀ ਗੱਲ ਆ ਜਾਂਦੀ ਹੈ ਕਿਸੇ ਪਾਸੇ ਕੋਈ ਕਮੀ ਨਹੀਂ ਰਹਿਣ ਦਿੰਦੇ। ਜਿਸ ਕਿਸਮ ਦਾ ਫੈਸਲਾ ਉਹਨਾਂ ਨੇ ਲਿੱਤਾ ਕਰਫਿਊ ਦਾ ਲੋਕਡਾਊਨ ਤੋਂ ਪਹਿਲਾਂ ਦਾ, ਉਹ ਇੱਕ ਪਲੈਨਿੰਗ ਦਾ, ਇੱਕ ਸਟ੍ਰੈਟਜੀ ਦਾ ਹਿੱਸਾ ਹੈਗੀ ਹੈ। ਜੇ ਕਿਤੇ ਉੱਥੋਂ ਆਪਾਂ ਜੇ ਸ਼ੁਰੂਆਤ ਕਰੀਏ ਤਾਂ ਉਹ ਇੱਕ ਪਲੈਨਿੰਗ ਦਾ ਹੀ ਕੜੀ ਜਾਂ ਪਹਿਲੀ ਕੜੀ ਕਹਿ ਕੇ ਉਹਨੂੰ ਲੈ ਕੇ ਚੱਲਦੇ ਹੈਗੇ ਆ, ਉਹ ਹੈਗੀ ਹੈ। ਕਰਫਿਊ ਵਾਲਾ ਤੁਹਾਡਾ ਫੈਸਲਾ ਬਹੁਤ ਅੱਛਾ ਕੈਪਟਨ ਸੰਦੀਪ ਸਿੰਘ ਸੰਧੂ, ਅਸੀਂ ਤੁਹਾਡੇ ਨਾਲ ਇਸ ਫੈਸਲੇ ਤੇ। ਸਰ, ਇਸ ਤੋਂ ਬਾਅਦ ਹੁਣ ਆਪਾਂ ਤਿਆਰੀ ਦੀ ਗੱਲ ਕਰ ਲਓ। ਤੁਹਾਨੂੰ ਪਤਾ ਹੈ ਕਿ ਜਿਹੜੀ ਤਿਆਰੀ ਹੈ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਦੇ ਬੜੀ ਐਡਵਾਈਜ਼ਰੀਜ਼ ਹੁੰਦੀਆਂ, ਮਿਨਿਸਟਰੀ ਆਫ ਹੈਲਥ ਦੀਆਂ ਰੋਜ਼ ਐਡਵਾਈਜ਼ਰੀਜ਼ ਆਉਂਦੀਆਂ, ਉਹਨਾਂ ਦੀਆਂ ਕੰਪਲਾਈਂਸਿਸ ਥੱਲੇ ਹੋਣੀਆਂ ਹੁੰਦੀਆਂ, ਔਰ ਉਹ ਕੰਪਲਾਈਂਸਿਸ ਤਾਂ ਹੋ ਹੀ ਰਹੀਆਂ, ਉਹਦੇ ਨਾਲ ਹੋਰ ਵੀ ਸਟ੍ਰਿੰਜੈਂਟ ਮੇਜਰ ਜਿਹੜੇ ਆ ਰੀਇਨਫੋਰਸ ਹੋ ਰਹੇ ਹੈਗੇ ਆ। ਕਈ ਗੱਲਾਂ ਦੇ ਵਿੱਚ ਆਮ ਤੌਰ ਤੇ ਤੁਸੀਂ ਮੈਨੂੰ ਲੱਗਦਾ ਕਿ ਸ਼ਾਇਦ ਸਵਾਲ ਵੀ ਲੈ ਕੇ ਆ ਜਾਓਗੇ, ਕਈ ਥਾਵਾਂ ਤੇ ਇਸ਼ੂਜ਼ ਰੇਜ਼ ਹੋਏ ਆ, ਕੰਸਰਨ ਮੈਡੀਕਲ ਸਟਾਫ ਦਾ ਰੇਜ਼ ਹੋਇਆ, ਕੰਸਰਨ ਪੀਪੀ ਕਿੱਟਸ ਨੂੰ ਲੈ ਕੇ ਹੋਇਆ, ਕੰਸਰਨ ਸੈਂਪਲਿੰਗ ਕਿੱਟਸ ਨੂੰ ਲੈ ਕੇ। ਥੋੜਾ ਐਡ ਆਨ ਕਰਦਾ ਸਰ, ਸੰਦੀਪ ਸੰਧੂ ਜੀ, ਥੋੜਾ ਐਡ ਆਨ ਕਰਦਾ, ਸਾਡੇ ਕੋਲੇ ਜਲੰਧਰ ਤੋਂ ਵੀ ਖਬਰ ਆਈ ਹੈ, ਪੋਲੀਥੀਨ ਦੇ ਲਿਫਾਫੇ ਆ ਉਹ ਵਰਤ ਰਹੀਆਂ ਸਟਾਫ ਨਰਸਾਂ ਉੱਥੇ। ਕਿੱਥੇ ਵਰਤ ਰਹੀ ਹੈ ਜੀ? ਜਲੰਧਰ ਦੀ ਖਬਰ ਆਈ ਸਾਡੇ ਕੋਲ ਸਰ। ਨਹੀਂ ਸਰ, ਅੱਜ ਦੇਖੋ ਜਲੰਧਰ ਦੀ ਕੱਲ ਦੀ ਖਬਰ ਜ਼ਰੂਰ ਸੀ ਕਿ ਜਿਹੜੇ ਉੱਥੋਂ ਦੇ ਸਟਾਫ ਨਰਸਿਸ ਤੇ ਡਾਕਟਰ ਸੀਗੇ, ਉਹਨਾਂ ਨੇ ਆਪਦੀ ਜਿਹਨੂੰ ਕਹਿ ਲਓ ਖਦਸ਼ਾ ਜ਼ਾਹਰ ਕੀਤਾ ਕਿ ਸਾਡੇ ਕੋਲੇ ਜਿੰਨਾ ਸਮਾਨ ਹੋਣਾ ਚਾਹੀਦਾ ਹੈ ਐਮਰਜੈਂਸੀ ਸਿਚੁਏਸ਼ਨ ਨੂੰ ਲੈ ਕੇ, ਉਹਨਾਂ ਸਮਾਨ ਹਜੇ ਹੋਸਪਿਟਲ 'ਚ ਨਹੀਂ ਆਇਆ। ਸਿਚੁਏਸ਼ਨ ਇਹ ਹੈ ਕੇ ਪੀ ਜੀ ਕਿ ਆਪਾਂ ਵਰਸਟ ਕੇਸ ਸਿਨੈਰੀਓ ਲਈ ਪ੍ਰਿਪਰੇਸ਼ਨ ਕਰਦੇ ਹਾਂ ਤੇ ਬੈਸਟ ਕੇਸ ਸਿਨੈਰੀਓ ਦੀ ਹੋਪ ਤੇ ਵਿਸ਼ ਕਰਦੇ ਹਾਂ। ਲੁਧਿਆਣਾ ਜਲੰਧਰ ਦੇ ਵਿੱਚ ਜੇ ਆਪਾਂ ਟੋਟਲ ਨੰਬਰ ਆਫ ਕੇਸਿਸ ਦੇਖੀਏ ਜਲੰਧਰ ਡਿਸਟ੍ਰਿਕਟ ਦੇ ਵਿੱਚ, ਮੇਰੇ ਖਿਆਲ 4 ਜਾਂ 5 ਹੈਗੇ ਆ। ਉਹ ਸਿਚੁਏਸ਼ਨ ਹਜੇ ਸਾਡੀ ਨਹੀਂ ਪਹੁੰਚੀ ਜਿਸ ਸਿਚੁਏਸ਼ਨ ਦੀ ਆਪਾਂ ਖਦਸ਼ੇ 'ਚ ਪਏ ਹੋਏ ਹਾਂ। ਜਿਹੜੀ ਜਲੰਧਰ ਵਿੱਚ ਸਰ 11 ਕੇਸ ਹੈ, ਸੰਦੀਪ ਸਿੰਘ ਤੁਸੀਂ, 11 ਕੇਸ ਹੈ ਜਲੰਧਰ ਵਿੱਚ? ਹਾਂ 11 ਕੇਸ ਹੈ ਸਰ, ਮੈਂ ਮਾਫੀ ਚਾਹੁੰਦਾ, ਤੁਸੀਂ ਮੈਨੂੰ ਕਰੈਕਟ ਕੀਤਾ, 3 ਠੀਕ ਹੋ ਗਏ ਆ। ਮੈਂ ਹਾਂ ਇਹੀ ਹੈ ਸਰ,
ਸੋ ਜਿਹੜੀ ਉਹਨਾਂ ਵੱਲੋਂ ਕੋਈ ਜਿਹੜੀਆਂ ਉਹਨਾਂ ਨੇ ਆਪਦੀ ਇਨਸਿਕਿਉਰਿਟੀਜ਼ ਜਾਂ ਖਦਸ਼ੇ ਜ਼ਾਹਰ ਕੀਤੇ ਸੀ ਹੈਲਥ ਡਿਪਾਰਟਮੈਂਟ ਨੇ, ਸੋਨੀ ਸਾਹਿਬ ਨੇ, ਬਲਬੀਰ ਸਿੰਘ ਸਿੱਧੂ ਜੀ ਨੇ, ਔਰ ਉਸ ਤੋਂ ਬਾਅਦ ਸੀਐਮ ਸਾਹਿਬ ਨੇ ਉਹਦਾ ਇੱਕਦਮ ਜਾਇਜ਼ਾ ਲੈ ਲਿਆ ਹੈਗਾ ਔਰ ਅੱਜ ਤੇ ਕੱਲ੍ਹ ਦੇ ਵਿੱਚ ਜਿਹੜੇ ਉਹ ਇਸ਼ੂ ਸੀਗੇ ਉਹ ਰਿਜ਼ੋਲਵ ਵੀ ਕਰ ਲਏ ਗਏ ਆ ਤੇ ਉੱਥੇ ਰੀਇਨਫੋਰਸਮੈਂਟ ਵੀ ਭੇਜਣ ਦੇ ਕੰਮ ਸ਼ੁਰੂ ਕਰ ਦਿੱਤਾ ਹੈਗਾ। ਕੈਪਟਨ ਸੰਦੀਪ ਸਿੰਘ, ਇਹ ਸਵਾਲ ਤਾਂ ਜਲੰਧਰ ਤੋਂ, ਕਿਉਂਕਿ ਨਰਸਾਂ ਨੇ ਪ੍ਰੋਟੈਸਟ ਕਰ ਦਿੱਤਾ ਹੈ ਇਸ ਕਰਕੇ ਇਹ ਚੀਜ਼ ਸਾਹਮਣੇ ਆ ਗਈ ਹੈ, ਵੱਡਾ ਹਸਪਤਾਲ ਸੀਗਾ ਉੱਥੇ ਪ੍ਰੋਟੈਸਟ ਹੋਇਆ, ਆਵਾਜ਼ ਤੁਹਾਡੇ ਤੱਕ ਵੀ ਪਹੁੰਚੀ, ਸਾਡੇ ਰਾਹੀਂ ਵੀ ਜਿਹੜਾ ਹੈਗਾ ਮੀਡੀਆ ਦੇ ਰਾਹੀਂ ਵੀ ਉਹ ਖਬਰਾਂ ਆਈਆਂ। ਜਿਹੜਾ ਇੰਟੀਰੀਅਰ ਵਿੱਚ ਇੱਕ ਵਾਰ ਜਾ ਕੇ ਅਸੀਂ ਇਹ ਦੇਖੀਏ ਕਿ ਜਿਹੜੇ ਨੋਰਮਲ ਪ੍ਰਾਇਮਰੀ ਹੈਲਥ ਸੈਂਟਰ ਨੇ ਆ, ਜਿਹੜੇ ਕਮਿਊਨਿਟੀ ਹੈਲਥ ਸੈਂਟਰ ਨੇ, CHC ਤੇ PHC ਜਿਹੜੇ ਨੇ, ਜਿਹੜੇ ਇੱਕੋਦਮ ਸ਼ੁਰੂਆਤ ਵਿੱਚ ਜੇਕਰ ਪਿੰਡ ਵਿੱਚ ਕੋਈ ਬਿਮਾਰ ਹੋਏਗਾ ਸ਼ੁਰੂਆਤ ਵਿੱਚ ਉਹਨਾਂ ਦੇ ਕੋਲ ਜਾਏਗਾ, ਉਹਨਾਂ ਨੂੰ ਕੋਈ ਗਾਈਡਲਾਈਨ, ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਕੋਈ ਫੈਸਿਲਿਟੀ ਕੋਈ ਪ੍ਰੋਵਾਈਡ ਇਸ ਵੇਲੇ ਕਰਾਈ ਗਈ ਹੈ? ਅੱਜ ਹੀ ਚੀਫ ਸੈਕਟਰੀ ਸਾਹਿਬ ਨੇ ਵੀਡੀਓ ਕਾਨਫਰੰਸ ਰਾਹੀਂ ਸਾਰੇ ਡਿਪਟੀ ਕਮਿਸ਼ਨਰ ਨਾਲ, ਕੱਟਕ ਪਹਿਲਾਂ ਹੀ ਉਹ VC ਖਤਮ ਹੋਈ ਹੈ ਜੀ, ਸੈਂਪਲਿੰਗ ਕਿੱਟਸ ਜਿਹੜੀਆਂ ਹੈਗੀਆਂ ਬੇਸਿਕਲੀ ਉਹ ਥੱਲੜੇ ਤੱਕ ਸੈਂਟਰਸ ਤੱਕ ਪਹੁੰਚਾਈਆਂ ਜਾ ਰਹੀਆਂ। ਰੈਪਿਡ ਸੈਂਪਲਿੰਗ ਵਾਲਾ ਜਿਹੜਾ ਇੱਕ ਸਟ੍ਰੈਟਜੀ, ਇੱਕ ਤਜਵੀਜ਼ ਜਿਹੜੀ ਇੱਕ ਦੋ ਦਿਨ ਪਹਿਲਾਂ ਐਡਵਾਈਜ਼ਰੀ ਆਈ ਸੀ ਉਹਦੀ ਕੰਪਲਾਇੰਸ ਹੋਣੀ ਸ਼ੁਰੂ ਹੋ ਗਈ ਹੈ। ਸੋ ਜਿਹੜੀ ਇਹ ਜ਼ਰੂਰਤ ਹੈਗੀ ਹੈ ਕਿੱਟਾਂ ਦੀ ਉਸ ਲੈਵਲ ਤੱਕ ਪਹੁੰਚਾ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਮੈਨੂਫੈਕਚਰਿੰਗ ਯੂਨਿਟਸ ਹੈ ਉਹਨਾਂ ਨੂੰ ਅਪਰੂਵਲ ਮਿਲ ਗਿਆ ਹੈਗਾ PPE ਕਿੱਟਸ ਬਣਾਉਣ ਦਾ। ਆਲਮੋਸਟ ਸੈਟਰਡੇ ਤੱਕ ਜਿਹੜੇ ਲੁਧਿਆਣੇ ਵਿੱਚ ਯੂਨਿਟਸ ਚੱਲ ਰਹੇ ਹੈ ਜੀ, ਜਿਹਨਾਂ ਨੂੰ ਗੱਡੀਆਂ 4 ਜਾਂ 5 ਨੂੰ ਮਿਲੀ ਹੈ, ਉਹ ਕਹਿੰਦੇ ਅਸੀਂ 1000 ਸੈਟਰਡੇ ਤੱਕ ਸ਼ੁਰੂ ਹੋ ਜੂ ਔਰ ਮੰਡੇ ਟਿਊਜ਼ਡੇ ਤੱਕ ਉਹ 5-5, 6-6 ਹਜ਼ਾਰ ਡੇਲੀ PPE ਕਿੱਟਸ ਬਣਾਉਣ ਦੀ ਸਮਰੱਥਾ ਜਿਹੜੀ ਹੈਗੀ ਉਹਨਾਂ ਦੀ ਹੋ ਜੂਗੀ। ਸੋ ਜਿਹੜੀ ਆਪਾਂ ਤਿਆਰੀ ਦੀ ਗੱਲ ਕਰਦੇ ਹਾਂ ਉਸ ਲਈ ਜਿਹੜੀ ਆਪਾਂ ਨੂੰ ਰੀਇਨਫੋਰਸਮੈਂਟਸ ਚਾਹੀਦੀਆਂ ਹੁੰਦੀਆਂ, ਜੇ ਆਪਾਂ ਇਹਨੂੰ ਲੜਾਈ ਲੈ ਕੇ ਵੀ ਚੱਲੀਏ ਤਾਂ ਸਾਰੇ ਟੈਂਕ, ਸਾਰੀਆਂ ਤੋਪਾਂ, ਸਾਰੀਆਂ ਬੰਦੂਕਾਂ, ਸਾਰਾ ਐਮੂਨੇਸ਼ਨ ਪਹਿਲਾਂ ਹੀ ਹੁੰਦਾ ਬੈਕਅਪ ਸਿਸਟਮ ਦੇ ਵਿੱਚ, ਉਹਨੂੰ ਲਗਾਤਾਰ ਜ਼ਰੂਰਤ ਮੁਤਾਬਕ ਆਪਾਂ ਰੀਇਨਫੋਰਸ ਕਰਦੇ ਰਹਿੰਦੇ ਹਾਂ, ਉਹਦੀ ਤਿਆਰੀ ਸ਼ੁਰੂ ਹੋ ਚੁੱਕੀ ਹੈਗੀ ਆ। ਔਰ ਇੱਥੋਂ ਤੱਕ ਭਾਵੇਂ ਆ ਵੈਂਟੀਲੇਟਰਸ ਦੀ ਗੱਲ ਕਰ ਲਈਏ, ਭਾਵੇਂ ਕੋਵਿਡ ਹੋਸਪਿਟਲ ਐਕਸਕਲੂਸਿਵ ਦੀ ਗੱਲ ਕਰ ਲਈਏ, ਭਾਵੇਂ ਆਈਸੋਲੇਸ਼ਨ ਵਾਰਡਸ ਬਿਯੋਂਡ ਹੋਸਪਿਟਲਸ ਦੀ ਗੱਲ ਕਰ ਲਈਏ, ਇਹ ਸਾਰਿਆਂ ਦੀ ਜਿਹੜੀ ਪਲੈਨਿੰਗ ਹੈਗੀ ਆ ਇਹ ਗਵਰਨਮੈਂਟ ਲੈਵਲ ਤੇ ਹੋ ਚੁੱਕੀ ਹੈਗੀ ਆ। ਓਕੇ, ਇੱਕ ਛੋਟਾ ਜਿਹਾ ਬ੍ਰੇਕ ਸੰਤ ਸਾਹਿਬ ਸਾਨੂੰ ਲੈਣਾ ਪੈ ਰਿਹਾ ਇੱਥੇ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਤੁਹਾਡੇ ਨਾਲ, ਸਵਾਲ ਜਵਾਬ ਦਾ ਸਿਲਸਿਲਾ ਵੀ ਜਾਰੀ ਰਹੇਗਾ। ਬਹੁਤ ਸਾਰੇ ਫੀਲਡ ਨੇ ਜਿਸ 'ਤੇ ਸਰਕਾਰ ਜਿਹੜੀ ਹੈਗੀ ਉਹ ਕੰਮ ਕਰ ਰਹੀ ਹੈ, ਐਜੂਕੇਸ਼ਨ ਦਾ ਫੀਲਡ ਹੈਗਾ, ਜਿਹੜਾ ਕਣਕ ਦੀ ਪ੍ਰੋਕਿਓਰਮੈਂਟ ਹੋਣੀ ਹੈ, ਵੀਟ ਪ੍ਰੋਕਿਓਰਮੈਂਟ ਜਿਹੜੀ ਹੋਣੀ ਹੈ ਉਸ 'ਤੇ ਕੰਮ ਜਿਹੜਾ ਇਸ ਵੇਲੇ ਚੱਲ ਰਿਹਾ, ਬਾਕੀ ਸਾਰੇ ਫੀਲਡਸ ਨੇ, ਕਈ ਸਾਰੀ ਸਨਅਤ ਨੇ ਜਿਹਨਾਂ ਨੂੰ ਇਸ ਵੇਲੇ ਸਟਾਰਟ ਕਰਨ ਦੀ ਕਿੰਨੀ ਕੁ ਲੋੜ ਹੈਗੀ ਹੈ, ਕਿੰਨੀ ਕੁ ਨਹੀਂ ਹੈਗੀ, ਇਸ 'ਤੇ ਵੀ ਸਵਾਲ ਹੋਣਗੇ। ਛੋਟੇ ਜਿਹੇ ਬ੍ਰੇਕ ਤੋਂ ਬਾਅਦ ਛੇਤੀ ਵਾਪਸ। ਸਵਾਲ ਇੱਕੋ ਪੁੱਛ ਰਹੇ ਹਾਂ ਕਿ ਕੋਰੋਨਾ ਮਹਾਮਾਰੀ ਦੇ ਨਾਲ ਲੜਨ ਦੇ ਲਈ ਪੰਜਾਬ ਦੀਆਂ ਤਿਆਰੀਆਂ ਅਤੇ ਕਿਹੜੇ ਸਵਾਲ ਬਾਕੀ ਨੇ। ਕੈਪਟਨ ਸੰਧੂ ਸਾਡੇ ਨਾਲ ਲਗਾਤਾਰ ਮੌਜੂਦ ਨੇ। ਸੰਧੂ ਸਾਹਿਬ, ਬ੍ਰੇਕ 'ਤੇ ਜਾਣ ਤੋਂ ਪਹਿਲਾਂ ਤੁਸੀਂ ਗੱਲ ਕਰ ਰਹੇ ਸੀ ਕਿ ਸਾਰੇ ਇੰਤਜ਼ਾਮਾਂ ਜਿਹੜੇ ਨੇ ਅਸੀਂ ਗੌਰਮੈਂਟ ਦੇ ਲੈਵਲ 'ਤੇ ਕਰ ਲਏ ਨੇ, ਵੈਂਟੀਲੇਟਰਸ ਦਾ ਇੰਤਜ਼ਾਮ ਜਿਹੜਾ ਹੈਗਾ ਉਸ ਦੀ, ਜੇ ਵੈਂਟੀਲੇਟਰ ਨੂੰ ਲੈ ਕੇ ਇੱਕ ਸਵਾਲ ਸਰ ਜਿਹੜਾ ਖੜਾ ਹੁੰਦਾ ਹੈ, ਜਿਹੜਾ ਇਸ ਵੇਲੇ ਸਾਰੇ ਸਟੇਟਸ ਦੇ ਸਾਹਮਣੇ ਹੈਗਾ, ਮੈਨੂਫੈਕਚਰਿੰਗ ਜਿਹੜੀ ਹੈਗੀ ਹੈ ਵੈਂਟੀਲੇਟਰਸ ਦੀ, ਉਸਨੂੰ ਰੈਡੀ ਕਰਨਾ ਔਰ ਉਸਨੂੰ ਘੱਟ ਕੀਮਤ 'ਤੇ ਰੈਡੀ ਕਰਨਾ, ਇਹ ਆਪਣੇ ਆਪ ਵਿੱਚ ਕਾਫੀ ਵੱਡਾ ਚੈਲੇਂਜ ਜਿਹੜਾ ਹੈਗਾ ਉਹ ਇੰਡੀਆ ਦੇ ਸਾਹਮਣੇ ਵੀ ਹੈਗਾ। ਕਿ ਇਸ ਦੇ ਮੁਤਲਕ ਕੋਈ ਡਿਸੀਜਨ ਇਸ ਤਰ੍ਹਾਂ ਦਾ ਲਿਆ ਗਿਆ, ਕਿਸ ਤਰੀਕੇ ਨਾਲ ਇਸਦੀ ਪ੍ਰੋਡਕਸ਼ਨ ਹੋਈ, ਕਿਸ ਤਰੀਕੇ ਨਾਲ ਇਸ ਮਾਰਕੀਟ ਵਿੱਚ ਲਿਆ ਜਾਵੇਗਾ? ਇਹਦੀ ਰੈਗੂਲੇਟਿੰਗ ਅਥਾਰਟੀ, ਅਪਰੂਵਲ ਅਥਾਰਟੀ, ਇਹ ਸਾਰੀਆਂ ਗਵਰਨਮੈਂਟ ਆਫ ਇੰਡੀਆ, ਮਿਨਿਸਟਰੀ ਆਫ ਹੈਲਥ ਜਾਂ ਸੰਬੰਧਿਤ ਡਿਪਾਰਟਮੈਂਟਸ ਹੈਗੀਆਂ, ਰਾਈਟ? ਸੋ ਬੇਸ਼ੱਕ ਆਪਾਂ ਵੈਂਟੀਲੇਟਰਸ ਨੂੰ ਬਣਾਉਣ ਲਈ ਬੜੀਆਂ ਫਰਮਸ ਅੱਗੇ ਆ ਰਹੀਆਂ ਹੈਗੀਆਂ, ਬੜੇ ਜਿਹਨੂੰ ਕਹਿ ਲਓ ਤਰੀਕਿਆਂ ਦੀਆਂ ਗੱਲਾਂ ਹੋ ਰਹੀਆਂ ਹੈਗੀਆਂ, ਇਹ ਪਰ ਜਿਹੜੀ ਅਪਰੂਵਲ ਲੈਣੀ ਹੈ, ਇਹਦੀ ਯੂਟੀਲਾਈਜੇਸ਼ਨ, ਜਦੋਂ ਸਰਕਾਰ ਨੇ ਕੋਈ ਚੀਜ਼ ਨੂੰ ਲੈ ਕੇ ਯੂਜ਼ ਕਰਨਾ ਹੈ ਤਾਂ ਸਭ ਉਹਦੇ ਵਿੱਚ ਬੇਸਿਕ ਮੈਂਡੇਟਰੀ ਰਿਕੁਆਇਰਮੈਂਟ ਸਾਰੀਆਂ ਮੀਟ ਹੋਣੀਆਂ ਚਾਹੀਦੀਆਂ। ਜਿਵੇਂ ਕਿ ਇੱਕ ਸਕੂਲ ਟੀਚਰ ਦੀ ਜੇ ਭਰਤੀ ਗਵਰਨਮੈਂਟ ਕਰਦੀ ਹੈ ਤਾਂ ਉਹਦੇ ਇੱਕ ਨੋਰਮਸ ਹੈ, ਉਸ ਮੁਤਾਬਿਕ ਹੀ ਚੱਲ ਸਕਦੀ। ਜਦ ਇੱਕ ਪ੍ਰਾਈਵੇਟ ਸਕੂਲ ਜਿਹੜਾ ਸ਼ਾਇਦ ਬੜਾ ਵਧੀਆ ਚੱਲਦਾ ਹੋਵੇ, ਉਹਨਾਂ ਦੇ ਨੋਰਮਸ ਸਰਕਾਰੀ ਨੋਰਮਸ ਨਾਲ ਬੜੇ ਰਿਲੈਕਸਡ ਹੋ ਸਕਦੇ ਹੈਗੇ ਆ। ਸੋ ਗਵਰਨਮੈਂਟ ਲਗਾਤਾਰ ਇੱਕ ਕਮੇਟੀ, ਹਾਈ ਪਾਵਰਡ ਕਮੇਟੀ ਬਣਾਤੀ ਹੈ, ਜਿਹਨੂੰ ਸਾਡੇ ਐਡੀਸ਼ਨਲ ਚੀਫ ਸੈਕਟਰੀ ਜਿਹੜੇ ਮੈਮ ਹੈਗੇ ਆ, ਵਿਨੀ ਮਹਾਜਨ ਜੀ, ਉਹ ਹੈਡ ਕਰ ਰਹੇ ਹਨ। ਉਹਦੇ ਦੋ ਮੈਂਬਰ ਜਿਹੜੇ ਹੈਗੇ ਆ, ਡਾਕਟਰ ਤਲਵਾਰ ਹੈ, ਡਾਕਟਰ ਰਾਜ ਬਹਾਦਰ ਜਿਹੜੇ ਸਾਡੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹਨ, ਉਸ ਦੇ ਮੈਂਬਰ ਹਨ। ਸੋ ਇਸ ਕਿਸਮ ਦੀ ਇਹ ਤਿਆਰੀ ਦੇ ਹਿੱਸੇ ਹਨ, ਉਹਨਾਂ ਨੂੰ ਪਾਵਰ ਹੈਗੀ ਹੈ ਕਿ ਜਿਹੜੀ ਵੀ ਕੋਈ ਚੀਜ਼ ਜਾਂ ਕੋਈ ਜ਼ਰੂਰਤ ਹੈ ਪਰਚੇਜ਼ ਕਰਨ ਦੀ, ਉਹ ਬਿਲਕੁਲ ਉਹਨਾਂ ਕੋਲ ਪਾਵਰਸ ਹੈਗੀਆਂ, ਉਹ ਜਾ ਕੇ ਡਿਸੀਜਨ ਲੈ ਸਕਦੇ ਆ, ਕੋਈ ਚੀਜ਼ ਦੀ ਇਹੋ ਜਿਹੀ ਖਰੀਦੋ ਫਰੋਖਤ ਕਰ ਸਕਦੇ ਹੈਗੇ ਆ। ਸੋ ਇਸ ਕਿਸਮ ਦੀ ਜਿਹੜੀਆਂ ਤਿਆਰੀਆਂ ਹੈਗੀਆਂ,
ਚੌਹਾਨ ਸਾਹਿਬ ਕੇਪੀ ਸਾਹਿਬ ਵੀ ਸਰਕਾਰ ਦੀ ਪਲੈਨਿੰਗ ਦਾ ਹਿੱਸਾ ਹੈਗੀ ਹੈ। ਤੁਸੀਂ ਇੱਕ ਰੈਪਿਡ ਟੈਸਟਿੰਗ ਦੀ ਗੱਲ ਕੀਤੀ ਸੀ ਸੰਦੀਪ ਸੰਧੂ ਜੀ, ਰੈਪਿਡ ਟੈਸਟਿੰਗ ਦੇ ਬਾਰੇ ਤੁਹਾਡਾ ਜਿਹੜਾ ਲੈਬਸ ਬਾਰੇ ਪਰਮਿਸ਼ਨ ਲੈਣੀ ਹੈ ਤੁਸੀਂ ਉਹਦੇ ਬਾਰੇ ਤੁਸੀਂ ਆਸ ਬੰਦ ਹੋ, ਫਰੀਦਕੋਟ ਵਿੱਚ ਵੀ ਸ਼ੁਰੂ ਹੋ ਜਾਵੇਗਾ। ਸਵਾਲ ਇਹ ਹੈਗਾ ਕੈਪਟਨ ਸੰਦੀਪ ਸੰਧੂ, ਤੁਹਾਨੂੰ ਲੱਗਦਾ ਕਿ ਅਸੀਂ ਟੈਸਟਿੰਗ ਹੈ ਜਿਹੜੀ ਬਹੁਤ ਘੱਟ ਕਰ ਸਕੇ ਹਾਂ ਅਤੇ ਹੁਣ ਰੈਪਿਡ ਟੈਸਟਿੰਗ ਦਾ ਮਤਲਬ ਕੀ ਉਹ ਥੋੜ੍ਹਾ ਸਮਝਾ ਦਿਓ ਕਿਰਪਾ ਕਰਕੇ। ਦੋ ਗੱਲਾਂ ਸਾਹਿਬ, ਜਿਹੜੀ ਇੱਥੋਂ ਰਹੀ ਘੱਟ ਕਰਨ ਦੀ ਗੱਲ, ਜੇ ਤਾਂ ਅਸੀਂ ਜਿਵੇਂ ਤੁਸੀਂ ਨੈਸ਼ਨਲ ਲੈਵਲ ਡੈਥਸ ਤੋਂ ਸ਼ੁਰੂ ਕੀਤਾ ਸੀ, ਮੈਂ ਨੈਸ਼ਨਲ ਲੈਵਲ ਸੈਂਪਲਿੰਗ ਤੋਂ ਕਰਦਾ ਤੇ ਪੰਜਾਬ ਵਨ ਆਫ ਦਾ ਹਾਈਐਸਟ ਸਟੇਟਸ ਹੈ ਜਿਹੜੀ ਸੈਂਪਲਿੰਗ ਕਰ ਰਹੀ ਹੈਗੀ ਹੈ ਇਨ ਕੰਪੈਰੀਜ਼ਨ ਟੂ ਅਦਰ ਸਟੇਟਸ ਇਨ ਦਾ ਕੰਟਰੀ। ਜਿਹੜੀ ਗੱਲ ਰਹੀ ਰੈਪਿਡ ਕਰਨ ਦੀ, ਅੱਜ ਹੀ ਇਹੀ ਗੱਲ ਜਿਹੜੀ ਮੈਂ ਪਹਿਲਾਂ ਡਿਸਕਸ ਕੀਤੀ ਹੈ ਚੀਫ ਸੈਕਟਰੀ ਸਾਹਿਬ ਨੇ ਆਪਦੀ ਜਿਹੜੀ ਵੀਸੀ ਕੀਤੀ ਹੈ ਡਿਪਟੀ ਕਮਿਸ਼ਨਰ ਨੂੰ, ਇਹੀ ਹਦਾਇਤਾਂ ਜਾ ਰਹੀਆਂ ਕਿ ਜਿਵੇਂ ਜਿਵੇਂ ਕਿੱਟਸ ਮੁਹੱਈਆ ਹੋ ਰਹੀਆਂ ਜਿਹੜੀ ਸੈਂਪਲਿੰਗ ਹੈਗੀ ਹੈ ਜਾਂ ਆਪਾਂ ਸੈਂਪਲ ਲੈਣ ਵਾਲਾ ਹੈਗਾ ਉਹਨੂੰ ਵਧਾ ਲਓ। ਪਰ ਨਾਲ ਨਾਲ ਮੈਂ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਸਾਹਿਬ, ਇਹ ਜਿਹੜੀ ਬਿਮਾਰੀ ਹੈ ਇਹ ਇਸ ਕਿਸਮ ਦੀ ਹੈਗੀ ਹੈ ਜਿਹਦੇ ਵਿੱਚ ਜੇ ਤੁਸੀਂ ਅੱਜ ਕਿਸੇ ਪੋਜ਼ਿਟਿਵ ਬੰਦੇ ਨਾਲ ਪਾਏ ਗਏ ਹੋ, ਜੇ ਤੁਹਾਡਾ ਟੈਸਟ ਲੈਣਾ ਤਾਂ ਆਈਡਲੀ ਕਿਹਾ ਜਾਂਦਾ ਕਿ 4 ਦਿਨ ਦੀ ਵੇਟ ਕਰਨੀ ਚਾਹੀਦੀ ਹੈ। 4 ਦਿਨ ਤੁਹਾਨੂੰ ਸੈਲਫ ਕੁਆਰੰਟੀਨ ਜਾਂ ਆਈਸੋਲੇਸ਼ਨ ਵਾਰਡ 'ਚ ਰੱਖ ਕੇ ਉਸ ਤੋਂ ਬਾਅਦ ਕਰਨਾ ਚਾਹੀਦਾ। ਕਈ ਵਾਰ ਜੇ ਤੁਸੀਂ ਇਮੀਡੀਏਟਲੀ ਕਰ ਲਓ ਤਾਂ ਟੈਸਟ ਨੈਗੇਟਿਵ ਆ ਸਕਦਾ ਹੈਗਾ। ਸੋ ਇਸ ਕਿਸਮ ਦੀਆਂ ਜਿਹੜੀਆਂ ਇਸ਼ੂਜ਼ ਆ ਰਹੇ ਆ ਉਹਨਾਂ ਸਾਰਿਆਂ ਨੂੰ ਪਲੈਨਿੰਗ ਦੇ ਵਿੱਚ ਹਿੱਸਾ ਬਣਾ ਕੇ ਅੱਗੇ ਦੀਆਂ ਸਟ੍ਰੈਟਜੀਜ਼ ਉਵੇਂ ਬਣਾਈਆਂ ਜਾ ਰਹੀਆਂ ਹੈਗੀਆਂ। ਔਰ ਜਿਹੜੀ ਸੈਂਪਲਿੰਗ ਦੀ ਜਿਹੜੀ ਮਾਦਾ ਹੈਗੀ ਹੈ, ਡਿਸਟ੍ਰਿਕਟਸ ਨੂੰ ਹਦਾਇਤਾਂ ਹੋਣਗੀਆਂ ਕਿ ਅੱਗੇ ਜਿਵੇਂ ਜਿਵੇਂ ਕਿੱਟਸ ਅਵੇਲੇਬਲ ਹੋ ਰਹੀਆਂ ਜਿੱਥੇ ਜਿੱਥੇ ਜ਼ਰੂਰਤ ਹੈ ਸੈਂਪਲਿੰਗ ਕਰੋ। ਅਸੀਂ ਇਹ ਸਮਝੀਏ ਕਿ 10 ਲੱਖ ਟੈਸਟ ਲਈ ਪੰਜਾਬ ਤਿਆਰ ਰਹੇ ਜਾਂ ਨਾ ਸਮਝੀਏ? ਦੇਖੋ ਸਾਹਿਬ, ਵਰਸਟ ਕੇਸ ਸਿਨੈਰੀਓ ਦੇ ਵਿੱਚ ਆਪਾਂ ਕੋਈ ਵੀ ਫਿਗਰ ਨਹੀਂ ਕਰ ਸਕਦੇ, ਪਰ ਹਾਂ ਜਿਸ ਤਰੀਕੇ ਨਾਲ ਗੱਲਾਂ ਚੱਲ ਰਹੀਆਂ, ਜਿਸ ਤਰੀਕੇ ਨਾਲ ਸੋਚ ਹੈ, ਅੱਜ ਦੇ ਦਿਨ 'ਚ ਪੰਜਾਬ ਬਹੁਤ ਵਧੀਆ ਕਰ ਰਿਹਾ। ਜਦੋਂ ਇਹ ਸ਼ੁਰੂਆਤ ਹੋਈ ਸੀ ਔਰ ਜੋ ਅੰਕੜੇ ਡਿਪਾਰਟਮੈਂਟਸ ਵੱਲੋਂ ਜਾਂ ਜਿਹੜੀਆਂ ਇੰਟਰਨਲ ਡਿਸਕਸ਼ਨ 'ਚ ਹੋਈ ਸੀ, ਮੈਂ ਸ਼ੇਅਰ ਤਾਂ ਨਹੀਂ ਕਰ ਸਕਦਾ, ਮੈਂ ਦੱਸਣਾ ਚਾਹੁੰਦਾ ਕਿ ਉਹਨਾਂ ਅੰਕੜਿਆਂ ਨਾਲੋਂ ਪੰਜਾਬ ਨੇ ਬਹੁਤ ਵਧੀਆ ਪਰਫੋਰਮ ਕੀਤਾ ਹੈਗਾ। ਔਰ ਲੱਗਦਾ ਹੈਗਾ ਕਿ ਜੇ ਆਪਾਂ ਐਂ ਚੱਲੀ ਗਏ, ਆਪਣੀਆਂ ਜਿਹੜੀਆਂ ਕੋਸ਼ਿਸ਼ਾਂ ਸੀ ਭਾਵੇਂ ਕਰਫਿਊ ਸ਼ੁਰੂ ਚਲਾਉਣ ਦੀ, ਲੋਕਡਾਊਨ ਕਰਨ ਦੀ, ਉਸ ਨੂੰ ਬੜੀ ਸਖਤੀ ਨਾਲ ਅੱਗੇ ਪੂਰਾ ਕਰਨ ਦੀ, ਉਹਦਾ ਆਪਾਂ ਨੂੰ ਜਿਹੜਾ ਫਾਇਦਾ ਹੈ ਉਹ ਹੁਣ ਵੀ ਦੇਖ ਰਿਹਾ ਔਰ ਅੱਗੇ ਵੀ ਦੇਖੂਗਾ। ਕਾਲਰ ਸਾਡੇ ਨਾਲ ਨੇ ਸੁਣ ਸਾਹਿਬ, ਉਹਨਾਂ ਦੇ ਨਾਲ ਵੀ ਅਸੀਂ ਗੱਲ ਕਰ ਲੈਂਦੇ ਹਾਂ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ, ਸਰ ਕੌਣ ਬੋਲ ਰਹੇ ਹੋ, ਕਿੱਥੇ ਬੋਲ ਰਹੇ? ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ, ਮੈਂ ਜਗਪਾਲ ਸਿੰਘ ਬੋਲਦਾ ਜੀ, ਅਮਰੀਕਾ ਤੋਂ। ਜੀ ਜਗਪਾਲ ਜੀ, ਅਮਰੀਕਾ ਵਿੱਚ ਕਿੱਥੋਂ ਬੋਲ ਰਹੇ ਹੋ? ਕੈਲੀਫੋਰਨੀਆ ਤੋਂ ਜੀ। ਕੈਲੀਫੋਰਨੀਆ ਤੋਂ ਸਾਡੇ ਨਾਲ ਕੈਪਟਨ ਸੰਦੀਪ ਸਿੰਘ ਸੰਧੂ ਨੇ, ਪੋਲੀਟੀਕਲ ਐਡਵਾਈਜ਼ਰ ਨੇ ਪੰਜਾਬ ਦੇ ਮੁੱਖ ਮੰਤਰੀ ਦੇ, ਉਹਨਾਂ ਨੂੰ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤੁਸੀਂ? ਜੀ ਦੇਖੋ, ਮੈਂ ਇਹਨਾਂ ਨੂੰ ਆਪਣੇ ਉਹਨਾਂ ਦੇ ਜਿਹੜੇ ਪੋਲੀਟੀਕਲ ਐਡਵਾਈਜ਼ਰ ਆ, ਮੈਂ ਇਹਨਾਂ ਨੂੰ ਪੁੱਛਣਾ ਮੰਗਦਾ, ਸਰ ਜੀ ਤੁਸੀਂ ਪੂਰੇ ਇੱਕ ਪਿੰਡ 'ਚ ਜਾਓ, ਸਾਰੇ ਪਿੰਡ ਦਾ ਟੈਸਟ ਕਰੋ। ਸਾਨੂੰ ਇੱਦਾਂ ਲੰਬਸਮ ਨੰਬਰ ਨਹੀਂ ਚਾਹੀਦੇ ਜੀ, ਉੱਥੇ ਇੱਕ ਫੜ ਲਿਆ, ਪੂਰਾ ਇੱਕ ਪਿੰਡ ਫੜੋ ਜਾਂ ਪੂਰਾ ਇੱਕ ਸਿਟੀ ਦਾ ਡਿਸਟ੍ਰਿਕਟ ਫੜੋ, ਸਾਈਟ ਫੜੋ, ਉਹਨੇ ਸਾਰਿਆਂ ਦੀ ਟੈਸਟ ਕਰੋ, ਫਿਰ ਸਾਨੂੰ ਦੱਸੋ ਕਿੰਨੇ ਪੋਜ਼ਿਟਿਵ ਆ ਕਿੰਨੇ ਨੈਗੇਟਿਵ ਆ। ਠੀਕ ਠੀਕ, ਜਿਹੜੀ 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 ਅਮਰੀਕਾ ਦੇ ਅੰਦਰ ਗਿਣਤੀ ਇੱਦਾਂ ਨਹੀਂ ਹੁੰਦੀ ਵੀ ਉੱਥੋਂ ਫੜ ਲਿਆ ਉੱਥੋਂ ਫੜ ਲਿਆ, ਇੱਕ ਏਰੀਏ ਦਾ ਪੂਰੇ ਦਾ ਟੈਸਟ ਕਰਕੇ ਫਿਰ ਦੱਸਦੇ ਇੰਨੇ ਪੋਜ਼ਿਟਿਵ ਇੰਨੇ ਨਿਕਲੇ ਨੈਗੇਟਿਵ। ਬਾਕੀ ਜਿਹੜਾ ਤੁਹਾਡੀ ਪ੍ਰੀਵੀਅਸ ਹਿਸਟਰੀ ਆ, ਖਾਸ ਕਰਕੇ ਥਰਡ ਵਰਲਡ ਕੰਟਰੀਆਂ ਤੇ, ਇਹਨਾਂ ਤੇ ਅਸੀਂ ਕਦੀ ਟਰੱਸਟ ਨਹੀਂ ਕਰ ਸਕਦੇ, ਕਿਉਂਕਿ ਤੁਹਾਡਾ ਕੰਮ ਹੈ ਝੂਠ ਬੋਲਣਾ। ਯੂ ਆਰ ਲਾਇੰਗ। ਜਿੰਨੀ ਦੇਖੋ ਭਾਜੀ ਗੱਲ, ਮੇਰਾ ਕੱਟਿਓ ਨਾ ਕੇਸ, 1400 ਮਿਲੀਅਨ ਤੋਂ ਉੱਪਰ ਲੋਕ ਆ ਇੰਡੀਆ ਚ ਰਹਿੰਦੇ, ਸਾਡਾ ਇਨਫਰਾਸਟ੍ਰਕਚਰ ਇੰਨਾ ਇੰਨਾ ਗਰੀਬ, ਸਾਡਾ ਸਲੰਸ ਇੰਨਾ ਜ਼ਿਆਦਾ, 90% ਲੋਕ ਬਲੋ ਪਾਵਰਟੀ ਲਾਈਨ ਦੇ ਰਹਿੰਦੇ, ਜਿਹੜਾ ਤੁਸੀਂ ਨੰਬਰ ਤਾਂ ਇੱਦਾਂ ਦਿਖਾ ਰਹੇ ਆ ਵੀ ਜਿੱਦਾਂ ਤੁਸੀਂ ਕਿਤੇ ਨਾਰਵੇ ਦੇ ਸਿਟੀਜ਼ਨ ਹੁੰਦੇ ਆ। ਠੀਕ ਹੈ ਸਰ, ਸਰ ਸਰ ਜਗਪਾਲ ਜੀ, ਜਗਪਾਲ ਜੀ ਇੱਕ ਸਵਾਲ ਸਾਡਾ ਵੀ ਲੈ ਲਓ ਸਰ, ਜਗਪਾਲ ਜੀ ਇੱਕ ਸਵਾਲ ਸਾਡਾ ਵੀ ਲੈ ਲਓ। ਤੁਸੀਂ ਅਮਰੀਕਾ ਬੈਠੇ ਹੋ, ਜੋ ਉੱਥੇ ਅਮਰੀਕਾ ਦਾ ਪ੍ਰਸ਼ਾਸਨ ਟਰੰਪ ਸਾਹਿਬ ਕਰ ਰਹੇ ਹੋ, ਬਿਲਕੁਲ ਠੀਕ ਕਰ ਰਹੇ ਹੈ? ਦੇਖੋ ਭਾਜੀ ਗੱਲ ਸੁਣੋ, ਟਰੰਪ ਸਾਹਿਬ ਸਹੀ ਕੀ ਕਰ ਰਹੇ ਆ ਵੀ ਚਾਈਨਾ ਨੇ ਅਮਰੀਕਾ ਨੂੰ ਸਾਈਟ ਰਾਈਟ ਟਾਈਮ ਤੇ ਨਹੀਂ ਦੱਸਿਆ। ਸਰ ਮੇਰਾ ਸਵਾਲ ਬੜਾ ਸਧਾਰਨ ਹੁੰਦਾ ਜਗਪਾਲ ਜੀ, ਟਰੰਪ ਸਾਹਿਬ ਠੀਕ ਕਰ ਰਹੇ ਹੈ? ਹਾਂਜੀ ਬਿਲਕੁਲ ਠੀਕ ਕਰ ਰਹੇ ਆ ਜੀ। ਦੇਖੋ ਹੁਣ ਗੱਲ ਸੁਣੋ, ਟਰੰਪ ਸਾਹਿਬ ਕਹਿ ਰਿਹਾ 2 ਲੱਖ ਮੌਤਾਂ ਹੋ ਜਾਣ ਕੋਈ ਚੱਕਰ ਨਹੀਂ ਗਾ, ਅਸੀਂ ਫਿਰ ਵੀ ਕੰਟਰੋਲ ਕਰ ਲਿਆ, ਠੀਕ ਕਹਿ ਰਹੇ ਉਹ? ਹਾਂਜੀ ਹਾਂਜੀ, ਬਸ ਉਹ ਇਹ ਥੋੜੇ ਕਹਿ ਰਹੇ ਆ ਵੀ ਅਸੀਂ ਕੰਟਰੋਲ ਕਰ ਲਿਆ ਜਾਂ ਕਰ ਲਿਆ। ਟਰੰਪ ਸਾਹਿਬ ਨੇ ਕਿਹਾ ਵੀ 1 ਲੱਖ ਤੋਂ ਲੈ ਕੇ 2.5 ਲੱਖ ਤਾਂ ਹੀ ਅਮਰੀਕਨ ਮਰ ਸਕਦੇ ਇਸ ਬਿਮਾਰੀ ਨਾਲ। ਉਹ ਠੀਕ ਹੈ, ਗੱਲ ਜੇ ਮਰ ਜਾਂਦਾ ਠੀਕ ਹੈ, ਤੁਸੀਂ ਸਹਿਮਤ ਹੋ ਉਹਦੇ ਨਾਲ? ਭਾਜੀ ਸੁਣੋ 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 ਸੁਣੋ
अमेरिका के अंदर राइट सारी इनफॉर्मेशन राइट में सारे चैनलों पे आ रही है किन्ने मर गए किन्ने पॉजिटिव अभी कोई ये नहीं कह रहे 2 मिलियन सर अभी कह रहे गलत इनफॉर्मेशन दे रहे हैं सर साढ़े को डाटा सर सारे ਅਸੀਂ ਗਲਤ ਇਨਫੋਰਮੇਸ਼ਨ ਨਹੀਂ ਦੇ ਰਹੇ ਤੁਸੀਂ 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 ਸਰ ਜਗਸਾਲ ਜੀ ਕਿਹੜੇ ਬੇਸ ਤੇ ਕਹਿ ਰਹੇ ਹੋ ਸਰ ਤੁਸੀਂ ਕਿਸ ਬੇਸ ਤੇ ਮੀਡੀਆ ਦੇ ਸਵਾਲ ਚੁੱਕ ਰਹੇ ਹੋ ਸੁਣੋ ਮੇਰੀ ਗੱਲ ਭਾਜੀ ਸੁਣੋ ਤੁਸੀਂ ਕਿਹੜੇ ਪੰਜਾਬ ਦੇ ਕਿਹੜੇ ਪਿੰਡ ਦਾ ਟੈਸਟ ਕਰਕੇ ਦਿਖਾਓ ਜੇ ਉੱਥੇ 50% ਲੋਕ ਨਾ ਪੋਜ਼ਿਟਿਵ ਕਰੋਨਾ ਦੇ ਨਿਕਲ ਕੇ ਤਾਂ ਸਰ ਤੁਸੀਂ ਦੱਸ ਦਿਓ ਕਿਹੜੇ ਪਿੰਡ ਦਾ ਟੈਸਟ ਹੋਵੇ ਹੁਣੇ ਕਰਵਾਉਂਗਾ ਕੈਪਟਨ ਸੰਦੀਪ ਸੰਧੂ ਸਾਡੇ ਨਾਲ ਆ ਹੁਣੇ ਕਰਵਾਉਂਗਾ ਟੈਸਟ ਸਰ ਤੁਸੀਂ ਇੱਕ ਕੰਮ ਕਰੋ ਨਾ ਤੁਸੀਂ ਪਿੰਡ ਦਾ ਨਾਮ ਦੱਸੋ ਪਟਲਾਵਾ ਤੇ ਜਵਾਰਪੁਰ ਮੈਂ ਦੱਸ ਰਿਹਾ ਦੋ ਪਿੰਡ ਬਾਕੀ ਤੁਸੀਂ ਦੱਸੋ ਨਹੀਂ 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 ਤੁਸੀਂ ਲਾਈਨ ਦਿਖਾਓ ਨਾ ਸਾਨੂੰ ਸਹੀ ਦੱਸੋ ਇਨਫੋਰਮੇਸ਼ਨ ਹਾਂ ਤੁਸੀਂ ਸਹੀ ਦੱਸੋ ਨਾ ਸਰ ਤੁਸੀਂ ਸਹੀ ਦੱਸੋ ਨਾ ਦਿੱਕਤ ਇਹ ਹੋ ਗਈ ਹੈ ਕਿ ਤੁਸੀਂ ਅਮਰੀਕਾ 'ਚ ਬਹਿ ਕੇ ਇੰਡੀਆ 'ਤੇ ਕਮੈਂਟ ਕਰਨ ਵੇਲੇ ਜਿਹੜਾ ਹੈਗਾ ਇਹ ਨਹੀਂ ਸੋਚਦੇ ਕਿ ਤੁਸੀਂ ਇਸੇ ਧਰਤੀ ਤੋਂ ਉੱਠ ਕੇ ਗਏ ਹੋ ਕੈਪਟਨ ਸੰਦੀਪ ਸੰਧੂ ਕੈਪਟਨ ਸੰਦੀਪ ਮੈਂ ਜਵਾਬ ਦਿੰਦਾ ਸਾਹਿਬ ਸਰਦਾਰ ਸਾਹਿਬ ਜਿਹੜੇ ਆਏ ਉਹਨਾਂ ਦੀ ਸੋਚ ਉਹਨਾਂ ਦਾ ਹੋ ਸਕਦਾ ਹੈ ਉਹਨਾਂ ਨੂੰ ਫਿਕਰ ਵੀ ਹੋ ਸਕਦਾ ਹੈ ਪੰਜਾਬ ਬਾਰੇ ਸ਼ਾਇਦ ਇਸ ਕਰਕੇ ਥੋੜ੍ਹਾ ਜਿਹਾ ਭਾਵੁਕ ਹੋ ਕੇ ਕਾਫ਼ੀ ਗੱਲਾਂ ਕਹਿ ਗਏ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਹਰ ਕੰਟਰੀ ਦਾ ਆਪਦਾ ਇੱਕ ਅਲੱਗ ਤਰੀਕਾ ਹੈਗਾ ਇਸ ਬਿਮਾਰੀ ਨੂੰ ਨਜਿੱਠਣ ਦਾ ਇੱਕ ਯੂਨੀਫਾਰਮ ਤਰੀਕਾ ਹੈ ਜਿਹੜਾ ਸਾਰੀਆਂ ਕੰਟਰੀਜ਼ ਭਾਵੇਂ ਡਿਵੈਲਪਡ ਹੈ ਭਾਵੇਂ ਡਿਵੈਲਪਿੰਗ ਹੈ ਉਹ ਵਰਤ ਰਹੀ ਹੈ ਜਿਹੜਾ ਕਿ ਬੇਸਿਕਲੀ ਹੈਗਾ ਆਈਸੋਲ ਆਈਡੈਂਟੀਫਾਈ ਐਂਡ ਆਈਸੋਲੇਟ ਇਸ ਬਿਮਾਰੀ ਦਾ ਸਭ ਕੋਈ ਇਲਾਜ ਤਾਂ ਹਜੇ ਲੱਭਿਆ ਨਹੀਂ ਹਜੇ ਤਾਂ ਲੱਛਣਾਂ ਦੇ ਵਿੱਚ ਵੀ ਇਹੋ ਜਿਹੇ ਬੰਦੇ ਆ ਜਿਹਨਾਂ ਦੇ ਲੱਛਣ ਹੈ ਨਹੀਂ ਤੇ ਉਹ ਕੈਰੀਅਰ ਬਣੇ ਵੀ ਹੈਗੇ ਆ ਉਹ 15-20 ਦਿਨਾਂ ਬਾਅਦ ਤੰਦਰੁਸਤ ਹੋ ਜਾਣਗੇ ਤੇ ਉਹਨਾਂ ਨੂੰ ਪਤਾ ਵੀ ਨਹੀਂ ਲੱਗਿਆ ਹੋਊਗਾ ਕਿ ਉਹਨਾਂ ਨੂੰ ਕੋਰੋਨਾ ਵਾਇਰਸ ਸੀਗਾ ਜਦਕਿ ਮੁੱਢੋ ਫੜੋ ਉਹਦਾ ਟੈਸਟ ਕਰੋ ਜਿਵੇਂ ਜਵਾਹਰਪੁਰ ਹੈ ਇੱਥੇ ਹੋਟਸਪੋਟ ਹੈ ਉਹ ਪੰਜਾਬ ਦਾ ਹੋਟਸਪੋਟ ਹੈ ਇਸ ਵੇਲੇ ਮੋਹਾਲੀ ਜਿਵੇਂ 37 ਕੇਸ ਹੈ ਇਸ ਵੇਲੇ ਕੈਪਟਨ ਸੰਦੀਪ ਸੰਧੂ ਜਿਵੇਂ ਪਟਲਾਵਾ ਸੀਗਾ ਜਿਵੇਂ ਤੁਸੀਂ ਪਟਲਾਵਾ ਚ ਰਣਨੀਤੀ ਬਣਾਈ ਹੈ ਇਹੋ ਜਿਹੀ ਰਣਨੀਤੀ ਦੀ ਉਹ ਮੰਗ ਕਰਦੇ ਪਏ ਆ ਜਦੋਂ ਤੁਸੀਂ ਦੇਖੋ ਨਵਾਂ ਸ਼ਹਿਰ ਚ ਕਿਵੇਂ ਇਕਦਮ ਆਪਾਂ ਨੂੰ ਨੰਬਰ ਸਾਹਮਣੇ ਆਏ ਅੱਜ ਨਵਾਂ ਸ਼ਹਿਰ ਚ ਵਿੱਚੋਂ ਨੰਬਰ ਨਹੀਂ ਨਿਕਲ ਰਹੇ ਨਾ ਨਿਕਲਣ ਦਾ ਕਾਰਨ ਇਹੀ ਹੈ ਕਿ ਇੱਕ ਸਿਸਟਮ ਇੱਕ ਪ੍ਰੋਸੀਜਰ ਫੋਲੋ ਕੀਤਾ ਦੂਜਾ ਹੌਟਸਪੌਟ ਦੀ ਗੱਲ ਹੋਈ ਮੋਹਾਲੀ ਦੀ ਮੋਹਾਲੀ ਦੇ ਡਿਪਟੀ ਕਮਿਸ਼ਨਰ ਗਰੀਸ਼ ਦਿਆਲਨ ਮੇਰੇ ਹਿਸਾਬ ਨਾਲ ਜਿੰਨੇ ਮੋਟੀਵੇਟਿਡ ਤਰੀਕੇ ਨਾਲ ਉਹ ਜਦੋਂ ਵੀ ਉਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ ਔਰ ਜਿਸ ਤਰੀਕੇ ਦੀ ਉਹ ਸੈਂਪਲਿੰਗ ਕਰਵਾ ਰਹੇ ਹੈ ਪਿੰਡ ਦੀ ਬਸਤੀ ਦੀ ਗਲੀ ਦੀ ਸੀਲ ਕਰਕੇ ਅਗਲੇ ਪਿੰਡ ਦੀ ਆਈਸੋਲੇਟ ਕਰਕੇ ਆਈਡੈਂਟੀਫਾਈ ਕਰਕੇ ਕੁਆਰੰਟੀਨ ਜਿਹੜੀ ਕਰ ਰਹੇ ਹੈਗੇ ਪਿੰਡੋ ਪਿੰਡ ਘਰੋ ਘਰ ਇਹ ਇੱਕ ਉਹੀ ਤਰੀਕਾ ਹੈਗਾ ਜਿਸ ਨਾਲ ਆਪਾਂ ਇਸ ਬਿਮਾਰੀ ਨੂੰ ਰੋਕ ਸਕਦੇ ਹਾਂ ਅੱਗੇ ਫੈਲਣ ਤੋਂ ਇਕੱਲੇ ਸੈਂਪਲਿੰਗ ਕਰਕੇ ਦੇਖੋ ਆਪਾਂ ਜਦੋਂ ਸੈਂਪਲ ਕਰਦੇ ਹਾਂ ਸਾਹਿਬ ਕੇ ਪੀ ਜੀ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਇਹ ਬੰਦਾ ਪੋਜ਼ਿਟਿਵ ਹੋ ਗਿਆ ਇਸ ਨੂੰ ਆਪਾਂ ਨੂੰ ਹੁਣ ਕੁਆਰੰਟੀਨ 'ਚ ਰੱਖਣਾ ਪੈਣਾ ਹੈ ਕੈਪਟਨ ਸੰਧੂ ਇੱਕ ਸਵਾਲ ਐਡ ਆਨ ਕਰਨਾ ਚਾਹੁੰਦਾ ਮੈਂ ਕੈਪਟਨ ਸੰਦੀਪ ਸੰਧੂ ਜਿਹੜੇ ਇਲਾਕੇ 'ਚ ਤੁਸੀਂ ਆਉਂਦੇ ਹੋ ਫਰੀਦਕੋਟ ਤੋਂ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਉਹਨਾਂ ਇਲਾਕਿਆਂ ਵਿੱਚ ਜੇ ਤੁਸੀਂ ਜਾਓਗੇ ਕੈਪਟਨ ਸੰਦੀਪ ਸੰਧੂ ਉਸ ਦੇ ਮੁਕਾਬਲੇ ਮੋਹਾਲੀ ਦੇ ਵਿੱਚ ਕਰਫਿਊ ਦੇ ਮਾਮਲੇ ਵਿੱਚ ਓਨੀ ਸਖਤਾਈ ਨਹੀਂ ਹੈਗੀ ਸਰ ਕੈਪਟਨ ਸੰਦੀਪ ਸੰਧੂ ਦੇਖੋ ਕੇਪੀ ਜੀ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਇਹ ਇਸ਼ੂ ਇਸ ਤਰੀਕੇ ਨਾਲ ਆਇਆ ਪਰ ਜਿਹੜੇ ਆ ਕੇਸ ਆਪਣੇ ਡੇਰਾਬਸੀ ਸਾਹਮਣੇ ਆਏ ਔਰ ਜਾਂ ਜਿਹੜਾ ਕੇਸ ਆਪਾਂ ਫਰੀਦਕੋਟ ਨੂੰ ਲੈ ਕੇ ਚੱਲੀਏ ਜਿਹੜਾ ਉਹ ਸਾਹਮਣੇ ਆਇਆ ਹੈਗਾ ਜਿਹੜੇ ਮਨੀ ਐਕਸਚੇਂਜ ਕਰਦੇ ਸੀ ਪਰਿਵਾਰ ਉਹਨਾਂ ਦੇ ਵਿੱਚੋਂ ਆਈ ਥਿੰਕ ਮਿਸਟਰ ਬੰਸਲ ਹੈਗੇ ਆ ਜਿਹਨਾਂ ਨੂੰ ਇਹ ਪੋਜ਼ਿਟਿਵ ਟੈਸਟ ਹੋਇਆ ਜੇ ਉਹਨਾਂ ਦੀ ਆਪਾਂ ਜਿਹੜਾ ਬਣਾਉਂਦੇ ਹੈਗੇ ਟੈਬੂਲੇਟ ਕਰਦੇ ਹੈਗੇ ਆ ਕਿ ਕਿੰਨੇ ਬੰਦਿਆਂ ਨੂੰ ਮਿਲੇ ਤਾਂ ਲਿਸਟ ਜਿਹੜੀ ਹੈਗੀ ਆ ਬੜੀ ਵੱਡੀ ਬਣ ਜਾਂਦੀ ਹੈਗੀ ਆ ਔਰ ਆਲਰੇਡੀ ਉਹ ਜਿਹੜੇ ਬੰਦਿਆਂ ਦੀ ਲਿਸਟ ਬਣ ਗਈ ਆ ਉਹ ਆਈਡੈਂਟੀਫਾਈ ਹੋ ਕੇ ਕੁਆਰੰਟੀਨ ਤਾਂ ਉਹਨੂੰ ਕਰਵਾ ਹੀ ਦਿੱਤਾ ਗਿਆ ਹੈ ਇੱਥੋਂ ਤੱਕ ਕਿਉਂਕਿ ਉਹਨਾਂ ਦੀ ਸੈਂਪਲਿੰਗ ਵਾਲਾ ਜਿਹੜਾ ਪ੍ਰੋਸੈਸ ਹੈ ਉਹ ਵੀ ਸ਼ੁਰੂ ਹੋ ਗਿਆ ਸੋ ਯੈਸ ਮੈਂ ਦੇਖੋ ਸਾਹਿਬ ਕੇ ਪੀ ਜੀ ਕੁਛ ਗੱਲਾਂ ਅੱਜ ਦੇ ਦਿਨ 'ਚ ਜਿਹੋ ਜਿਹਾ ਯੁੱਗ ਆ ਗਿਆ ਹੈ ਸੋਸ਼ਲ ਮੀਡੀਆ ਤੁਸੀਂ ਮੀਡੀਆ ਵਾਲੇ ਜਿਸ ਕਿਸਮ ਦਾ ਤੁਹਾਡੇ ਕੋਲੇ ਅੱਜ ਕੱਲ੍ਹ ਮੌਕਾ ਕਹਿ ਲਓ ਜਾਂ ਤੁਹਾਡੇ ਕੋਲੇ ਸਿਸਟਮ ਆ ਗਿਆ ਕਿ ਤੁਸੀਂ ਅੱਜ ਦੇ ਦਿਨ 'ਚ ਪਿੰਡੋ ਪਿੰਡ ਤੁਹਾਡਾ ਜਿਹੜਾ ਜਸ ਪੰਜਾਬੀ ਹੈ ਲੋਕ ਸੁਣ ਸਕਦੇ ਔਰ ਸੁਣ ਰਹੇ ਹੋਣਗੇ ਕੁਛ ਫੈਸਲਾ ਲੋਕਾਂ ਨੂੰ ਆਪ ਵੀ ਲੈਣਾ ਪੈਣਾ ਹੈ ਕਿ ਜਿਹੜੀ ਬਿਮਾਰੀ ਹੈਗੀ ਹੈ ਇਸ ਦੇ ਵਿੱਚ ਜੇ ਅਸੀਂ ਇਸ ਬਿਮਾਰੀ ਤੋਂ ਆਪ ਬਚਣਾ ਹੈ ਪਿੰਡ ਨੂੰ ਬਚਾਉਣਾ ਹੈ ਆਪਦੇ ਸਟੇਟ ਨੂੰ ਬਚਾਉਣਾ ਹੈ ਤੇ ਆਪ ਵੀ ਸਾਨੂੰ ਕੰਟਰੀਬਿਊਟ ਕਰਨਾ ਪਊ ਔਰ ਲਾਸਟ 5-7 ਦਿਨਾਂ ਦੇ ਵਿੱਚ ਬੜੀ ਸਟਰੋਂਗ ਅਵੇਅਰਨੈਸ ਆ ਗਈ ਹੈ ਕਿ ਹੁਣ ਪਿੰਡਾਂ ਲੈਵਲ ਤੇ ਵੀ
ठीकरी पहरे लग गए हैं और उस पहरिया के उत्ते बड़े जज्बाती तरीके नाल पिंड वाले हुण लोगों नूं रोकण लग पए है। कुर्सियां दो पासे रखती हैं, जो कोई रिश्तेदार मिलन आ गया गलती नाल खब्बे सज्जो आपका पता लैन तो उन्हें कह दिता जाता भाई आ कुर्सी ते आ बैठ दे तेरे रिश्तेदार इत्थे मिलांदे इत्थे ही गलबात कर लो। सो वह लैवल की भी जी कह लो समाज वालों जो एक सहयोग या एक एक अवेयरनैस चाहिए थी वह भी आ गई हैगी है। और तुसी जी कैप्टन संदीप संधू जी तुम अवेयरनैस की गल करते पे साड़ी कोशिश भी अवेयरनैस आवे। एक छोटा जिहा ब्रेक लवेंगे, ब्रेक तो वापस आवेंगे। अवेयरनैस बहुत जरूरी हैगी, अवेयरनैस इस हद तक जरूरी हैगी है कि सानू यह भी समझना पवेगा कि असी आपदे आप लई नहीं सारे लई असी घरों बाहर ना निकलीए, साडे पिछे साडा परिवार भी हैगा, उन्हां नू भी असी देखना हैगा, वह तुहाडे ते निर्भर हैगे है। इस करके उन्हां बारे भी सोचो, जे करफ्यू लग्गिया लॉकडाउन हैगा उसका पालन भी करो। सरकार तो जिहड़े सवाल बनदे आ तुहाडे लई वो असी सवाल पूछांगे जरूर, तुहानू खाणा पहुँच रहा कि नहीं पहुँच रहा, तुहाडे लई दवाइयां पहुँच रही कि नहीं पहुँच रही, तुहाडे लई जिहड़ियां होर जरूरी सेवावां हैगियां वो तुहानू मिल रही कि नहीं मिल रही, असी हैगे आ सवाल पूछण लई तुहाडे लई। भावना विच ना बहो, इस वेले सारों एकजुट होकर सोचने की लड़ है, पर दूरों दूरों रह के सोचने की लड़ है, सोशल डिस्टेंसिंग की लड़ है। ब्रेक तो वापस आके होर सवाल पूछा जरूर, सवाल एक पूछ रहे बड़ा सवाल असं पूछ रहे चर्चा देवे कोरोना महामारी ने लड़न लिए पंजाब की तैयारियां ते कौन सवाल बाकी है। कैप्टन संदीप सिंह संधू साडा मौजूद है कि है इस तो पहला कैप्टन संदीप सिंह संधू असी लगातार प्रोग्राम किए हैं लोगों को अवेयर किया जा सके, डॉक्टर्स बिठाए है, किसानों लिए प्रोग्राम किए हैं, उदो इन कॉल्स नहीं आ रही सी, पता नहीं तुम बैठते गए तो नाल दिन कॉल से भरमार इन्नी क लग गई है कि सानू समझ नहीं आ रही कि कॉल चुकी है कि ना चुकी है। जे याद दो तो एक कॉल होर ले लिए। हैलो हैलो सत श्रीकाल सर, कौन बोल रहे हो जी, कितों बोल रहे हो? मैं डॉक्टर बाजवा शिकागो तो बोल रहा हूं। बाजवा साहब, कैप्टन संदीप संधू नु कोई सवाल पूछना चाहते हो? हाँ जी, मेरा एक सवाल है जी। उस तो पहला मैं केपी सिंह नु मिस्टर चौहान जी 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 ते कैप्टन साहब नु संधू साहब नु बहुत मैं शलाघा करदा हां कि इस टाइम पंजाब दा मीडिया, पंजाब गवर्नमेंट दे एक्शंस और इंडिया गवर्नमेंट दे नरेंद्र मोदी दा जो लॉकडाउन कीता ਉਹਦੀ ਮੈਂ ਬਹੁਤ ਪ੍ਰਸ਼ੰਸਾ ਕਰਦਾ ਜੀ। ਔਰ ਆਪਣਾ ਪੰਜਾਬ ਦਾ ਮੀਡੀਆ ਖਾਸ ਕਰਕੇ ਬਹੁਤ ਕਲੀਅਰ ਇੰਸਟਰਕਸ਼ਨ ਲੋਕਾਂ ਨੂੰ ਦੇ ਰਿਹਾ ਹੈ ਜੋ ਕਿ ਬਹੁਤ ਚੰਗੀ ਗੱਲ ਹੈ। ਥੈਂਕ ਯੂ। ਹਾਂਜੀ, ਉਸ ਤੋਂ ਬਾਅਦ ਹੁਣ ਮੈਂ ਇਹ ਕਹਿਣਾ ਜੀ ਕਿ ਆਹ ਜਿਹੜੇ ਲੋਕ ਮਰਨ ਤੋਂ ਬਾਅਦ ਗਲੀ ਮਹੱਲਿਆਂ ਦੇ ਵਿੱਚ ਐਜੀਟੇਸ਼ਨ ਕਰਦੇ ਹੈ, ਇਹਨਾਂ ਦੀ ਬਾਬਤ ਮੈਂ ਇੱਕ ਇਹਨਾਂ ਨੂੰ ਇਨਫੋਰਮੇਸ਼ਨ ਦੇਣੀ ਚਾਹੁੰਦਾ ਜੀ। ਮਰੇ ਬੰਦੇ ਤੋਂ ਤਾਂ ਇਹਨਾਂ ਨੂੰ ਕਰੋਨਾ ਹੋਣ ਦਾ ਕੋਈ ਚਾਂਸ ਨਹੀਂ ਹੈ ਜੋ WHO ਨੇ ਦੂਜੀਆਂ ਆਰਗੇਨਾਈਜੇਸ਼ਨ ਨੇ ਦੱਸਿਆ, ਪਰ ਇਹ ਲੋਕ ਆਪਣੀ ਬੇਵਕੂਫੀ ਤੇ ਜਦੋਂ ਇਹ ਇਕੱਠ ਚ ਸ਼ਾਮਿਲ ਹੋ ਜਾਂਦੇ ਆ, 500-400 ਬੰਦਾ ਇਕੱਠਾ ਹੋ ਜਾਂਦਾ ਬਿਨਾਂ ਪੁੱਛਿਆ, ਇਹ ਆਪਣੀ ਅਗਿਆਨਤਾ ਦੇ ਕਾਰਨ ਇਹ ਉੱਥੋਂ ਆਪਣੇ ਘਰ ਬਿਮਾਰੀ ਜ਼ਰੂਰ ਲੈ ਆਉਣਗੇ। ਬਿਲਕੁਲ ਬਿਲਕੁਲ ਬਿਲਕੁਲ। ਔਰ ਹੁਣ ਮੇਰਾ ਸਵਾਲ ਹੈ ਆਪਣੇ ਨੂੰ ਕੈਪਟਨ ਸਾਹਿਬ ਨੂੰ, ਵੀ ਇਹ ਜੇ ਲੋਕਾਂ ਨੂੰ ਜਦੋਂ ਲਾਕਡਾਊਨ ਹੋਇਆ ਹੈ, ਕਰਫਿਊ ਲੱਗਿਆ ਹੈ, ਦਫਾ 144 ਵੀ ਲੱਗੀ ਹੈ, ਮੇਰੇ ਹਿਸਾਬ ਵਿੱਚ ਤਾਂ ਇਹਨਾਂ ਨੂੰ ਇੱਕ ਦੋ ਗਲੀ ਮਹੱਲਿਆਂ 'ਚ ਵਾਰਨਿੰਗ ਦੇ ਕੇ ਇਹਨਾਂ ਖੁਦ ਦਾ ਲਾਕਡਾਊਨ ਇਹਨਾਂ ਨੂੰ ਕੋਈ 12 ਘੰਟੇ ਜੀ ਜੀ KP ਜੀ, ਇਹ ਬੜਾ ਬੜਾ ਦਰੁਸਤ ਸਵਾਲ ਹੈ, ਬੜਾ ਬੜਾ ਇੰਪੋਰਟੈਂਟ ਸਵਾਲ ਹੈ। ਮੈਂ ਡਾਕਟਰ ਸਾਹਿਬ ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾਉਂਦੇ, ਨਾਲ ਮੈਂ ਦੱਸਣਾ ਚਾਹੁੰਦਾ ਜਿੰਨੀਆਂ ਵੱਡੀਆਂ ਸਿਟੀਜ਼ ਹੈ ਤੇ ਡਿਸਟ੍ਰਿਕਟ ਹੈਡਕੁਆਟਰਸ ਹੈ ਜੀ, ਇਹਨਾਂ ਗੱਲਾਂ ਨੂੰ ਜਿਹੜੇ ਜਿਹੜੇ ਕਰਫਿਊ ਨੂੰ ਵਾਇਲੇਟ ਕਰ ਰਹੇ ਹੈ ਔਰ ਜਿਹਨੂੰ ਕਹਿੰਦੇ ਤੁਰੇ ਫਿਰਦੇ ਆ, ਓਪਨ ਜਿਹੜੀਆਂ ਜੇਲ੍ਹਾਂ ਬਣਾ ਦਿੱਤੀਆਂ ਗਈਆਂ ਹੈਗੀਆਂ ਔਰ ਤਕਰੀਬਨ ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਇਹ ਜਿਹੜੇ ਜਲੰਧਰ ਸ਼ਹਿਰ ਹੈ, ਬਹੁਤ ਜ਼ਿਆਦਾ ਜਿਹੜੇ ਇਹੋ ਜਿਹੇ ਵਾਇਲੇਟਰਸ ਹੈਗੇ ਆ ਉਹਨਾਂ ਨੂੰ ਉਸ ਓਪਨ ਜੇਲ੍ਹ ਵਿੱਚ ਭੇਜਿਆ ਜਾ ਰਿਹਾ ਹੈਗਾ। ਔਰ ਜਿੰਨਾ ਚਿਰ ਉਸ ਪਿੰਡ ਦਾ ਸਰਪੰਚ ਜਾਂ ਕੋਈ ਮੌਤ ਮਰਨ ਦਾ, ਨੋਟ ਜਸਟ ਦਾ ਫੈਮਲੀ, ਕੋਈ ਪਰਿਵਾਰਿਕ ਮੈਂਬਰ ਆ ਕੇ ਇਸ ਗੱਲ ਦਾ ਅਸ਼ੋਰੈਂਸ ਨਹੀਂ ਦਿੰਦਾ ਕਿ ਜੇ ਅੱਜ ਤਾਂ ਗਲਤੀ ਕਰਦੀ ਅੱਗੇ ਤੋਂ ਨਹੀਂ ਕਰੂਗਾ, ਫਿਰ ਉਸਨੂੰ ਉੱਥੋਂ ਰਾਹਤ ਮਿਲਦੀ ਹੈਗੀ ਹੈ। ਇਹ ਕੋਈ ਸ਼ੱਕ ਨਹੀਂ ਗਾ ਜੀ, ਲੋਕਾਂ ਦੀ ਆਦਤ ਹੈ ਕਿ ਐਵੇਂ ਇਕੱਠੇ ਹੋ ਜਾਂਦੇ ਆ, ਕਿਤੇ ਕੋਈ ਬਸਤੀ ਦੇ ਗੇਟ ਤੇ ਖੜਾ ਹੁੰਦਾ, ਔਰ ਇਹਨਾਂ ਗੱਲਾਂ ਨੂੰ ਦੇਖਦਿਆਂ ਹੋਇਆ ਜਿਹੜੀ ਇਹ ਹੁਣ ਰੀਇਨਫੋਰਸਮੈਂਟ ਹੈ ਹੋਰ ਸਖ਼ਤ ਕਰ ਦਿੱਤੀ ਗਈ ਹੈਗੀ ਹੈ। ਫਿਰ ਮੈਂ ਕਹਿਣ ਜਾ ਰਿਹਾ ਹੈਗਾ ਕਿ ਜ਼ਰੂਰੀ ਹੈਗਾ ਕਿ ਸਹਿਯੋਗ ਤੁਸੀਂ ਦੇ ਰਹੇ ਹੋ, ਪਰ ਇਹ ਸਹਿਯੋਗ ਦਾ ਤਾਂ ਹੀ ਹੈ ਪੂਰਾ ਫਾਇਦਾ ਹੈ ਜੇ ਇਸ ਨੂੰ ਪੂਰਾ ਲੈਟਰ ਐਂਡ ਸਪਿਰਿਟ ਵਿੱਚ ਫੋਲੋ ਕਰਾਂਗੇ ਔਰ ਕਰਵਾਵਾਂਗੇ। ਇੱਕ ਕੈਪਟਨ ਸੰਦੀਪ ਸੰਧੂ, ਇੱਕ ਮੈਂ ਜ਼ਰੂਰ ਤੁਹਾਨੂੰ ਸਵਾਲ ਕਰਨਾ ਚਾਹੁੰਦਾ, ਸਰਕਾਰ
ਦੇ ਨਾਲ ਜਿਹੜੇ ਬਾਕੀ ਮਹਿਕਮੇ ਹੈਗੇ ਆ ਸਰਕਾਰੀ ਮਹਿਕਮੇ, ਉਹਨਾਂ ਦੇ ਵਿੱਚ ਤਾਲਮੇਲ ਦੀ ਕੋਈ ਕਮੀ ਤਾਂ ਨਹੀਂ ਹੈਗੀ? ਸਵਾਲ ਇਸ ਕਰਕੇ ਹੈ, ਇੱਕ ਪਾਸੇ ਤੁਸੀਂ ਜਦੋਂ ਕਹਿ ਦਿੰਦੇ ਹੋ ਤਹਿਸੀਲਦਾਰ ਕਰਫਿਊ ਪਾਸ ਬਣਾ ਸਕਣਗੇ, ਇੱਕ ਪਾਸੇ ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਐਲਾਨ ਕਰ ਦਿੰਦਾ ਕਿ ਹੁਣ ਪੇਪਰ ਹੋਣਗੇ, ਇਮਤਿਹਾਨ ਹੋਣਗੇ 20 ਤਰੀਕ ਤੋਂ, ਇੱਕ ਪਾਸੇ ਜਦੋਂ ਮੁਲਾਜ਼ਮਾਂ ਨੂੰ ਵਰਕ ਫਰੋਮ ਹੋਮ ਦੀ ਚਿੱਠੀ ਆਉਂਦੀ, ਉਹਦੇ ਵਿੱਚ 8ਵਾਂ ਜਿਹੜਾ ਪੁਆਇੰਟ ਲਿਖਿਆ ਜਾਂਦਾ ਉਹ 'ਚ ਲੋਕਡਾਊਨ ਕਰਫਿਊ 30 ਅਪ੍ਰੈਲ ਤੱਕ ਵਧਾਇਆ ਜਾਂਦਾ, ਇਹ ਉਸ ਤੋਂ ਬਾਅਦ ਵਾਪਸ ਲੈਣੇ ਪੈਂਦੇ ਆ, ਥੋੜੇ ਤਾਲਮੇਲ ਦੀ ਕਮੀ ਲੱਗਦੀ ਹੈ ਜਾਂ ਘਬਰਾਹਟ ਹੈ ਕੋਈ? ਨਹੀਂ ਸਾਹਿਬ, ਮੈਂ ਦੱਸਦਾ ਹੈ ਕਿ ਜਿਹੜੀ ਕੱਲ੍ਹ ਇਹ ਚਿੱਠੀ ਜਿਹੜੀ ਰਿਲੀਜ਼ ਹੋਈ ਔਰ ਜਿਹੜੀ ਉਹ ਚਿੱਠੀ ਵਾਪਸ ਲੈ ਲਈ ਗਈ, ਉਹ ਇੱਕ ਇੰਟਰਨਲ ਡਿਸਕਸ਼ਨ ਸੀਗੀ। ਉਹ ਡਿਸਕਸ਼ਨ ਦੇ ਵਿੱਚ ਹਜੇ ਸੀਐਮ ਸਾਹਿਬ ਫੀਡਬੈਕ ਲੈ ਰਹੇ ਸੀਗੇ, ਇੰਡਸਟਰੀਅਲਿਸਟ ਤੋਂ ਲਿੱਤੀ, MLAs ਤੋਂ ਲਿੱਤੀ, ਉਸ ਤੋਂ ਬਾਅਦ ਜਿਹੜੇ ਪਾਰਟੀਆਂ ਦੇ ਵਿਰੋਧੀ ਪਾਰਟੀਆਂ ਦੇ ਜਿਹੜੇ ਸੀਨੀਅਰ ਲੀਡਰ ਸਾਹਿਬਾਨ ਹੈ ਉਹਨਾਂ ਨਾਲ ਗੱਲਬਾਤ ਕਰਕੇ ਲਿੱਤੀ, ਅਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਮੇਰੀ ਜਿਹੜੀ ਵਜ਼ਾਰਤ ਹੈ ਉਹਦੇ ਜਿਹੜੇ ਮੇਰੇ ਸਾਥੀ ਹੈਗੇ ਆ ਉਹਨਾਂ ਨਾਲ ਇੱਕ ਮੀਟਿੰਗ ਕਰਕੇ ਉਹਨਾਂ ਨਾਲ ਵੀ ਸਲਾਹ ਕਰਕੇ ਫਿਰ ਅੱਗੇ ਇਸ 'ਤੇ ਮੈਂ ਕੋਈ ਫੈਸਲਾ ਲਵਾਂ। ਤਾਲਮੇਲ ਦੀ ਕਮੀ ਨਹੀਂ ਸਾਹਿਬ, ਸਾਰਾ ਜਿਹੜਾ ਸਿਸਟਮ ਹੈਗਾ ਇਹ ਜਿਹੜਾ ਸਿਸਟਮ ਆਇਆ ਇਹ ਅਨਪ੍ਰੈਸੀਡੈਂਟਡ ਹੈ। ਇਹ ਕਿਤੇ ਇਹੋ ਜਿਹਾ ਸਿਸਟਮ, ਇਹੋ ਜਿਹੀ ਸਿਚੁਏਸ਼ਨ ਕਿਤੇ ਨਾ ਤਾਂ ਪੰਜਾਬ ਨੇ ਦੇਖੀ ਹੈ ਜਦੋਂ ਟੈਰੋਰਿਜ਼ਮ ਸੀ ਉਦੋਂ ਵੀ ਨਹੀਂ ਦੇਖੀ ਸੀ, ਤੇ ਨਾ ਹੀ ਆਪਣੇ ਦੇਸ਼ ਨੇ ਦੇਖੀ ਹੈ, ਤੇ ਨਾ ਹੀ ਇਹ ਦੁਨੀਆਂ ਨੇ ਦੇਖੀ ਹੈ। ਔਰ ਜਦੋਂ ਸਿਸਟਮ ਦੇ ਵਿੱਚ ਅੱਛਾ, ਫਿਰ ਜੇ ਤੁਸੀਂ ਦੇਖੋ KP ਜੀ, ਕਰਫਿਊ ਨੂੰ ਸਟਰੋਂਗਲੀ ਇੰਪਲੀਮੈਂਟ ਕਰਨ ਲਈ ਸਾਰੇ ਜਿਹੜੇ ਦਫ਼ਤਰ ਹੈਗੇ ਆ ਉਹ ਸਕੈਲਟਨ ਬੇਸਡ ਪ੍ਰੈਜੈਂਸ ਤੇ ਕਰ ਦਿੱਤੇ ਗਏ ਹੈਗੇ ਆ ਕਿ ਸਾਰੇ ਨਹੀਂ ਡਿਊਟੀ ਤੇ ਆਉਣਗੇ, ਜ਼ਰੂਰਤ ਮੁਤਾਬਿਕ ਅਫਸਰ ਸਾਹਿਬਾਨ, ਥੱਲੇ ਜਿਹੜੇ ਕਲਰਕ ਸਾਹਿਬਾਨ ਜਾਂ ਸੁਪਰਡੈਂਟ ਸਾਹਿਬਾਨ ਜੋ ਵੀ ਹੈ ਉਹ ਉਸ ਤਰੀਕੇ ਨਾਲ ਥੱਲੇ ਆਉਣਗੇ। ਕਿਤੇ ਨਾ ਕਿਤੇ ਜਦੋਂ ਇਸ ਕਿਸਮ ਦਾ ਮਾਹੌਲ ਬਣ ਜਾਂਦਾ, ਇਸ ਕਿਸਮ ਦਾ ਇਸ਼ੂ ਆ ਜਾਂਦਾ ਹੈਗਾ, ਪਰ ਉਸ ਇਸ਼ੂ ਨੂੰ ਨਾਲ ਦੀ ਨਾਲ ਰਿਜ਼ੋਲਵ ਕਰ ਲਿਆ ਗਿਆ ਸੀ। ਜਿੱਥੋਂ ਤੱਕ ਪਾਸਿਸ ਇਸ਼ੂ ਕਰਨ ਦੀ ਗੱਲ ਰਹੀ, ਸਿਸਟਮ ਨੂੰ ਪਹਿਲਾਂ ਪ੍ਰੈਕਟੀਕਲ ਸ਼ੁਰੂ ਕੀਤਾ ਵੀ DC ਦੀ ਥਾਂ ਥੱਲੇ ਤਹਿਸੀਲਦਾਰ, SDM, DSP ਵੀ ਦੇ ਸਕਦੇ ਆ। ਜਿਸ ਤਰ੍ਹਾਂ ਸਿਸਟਮ ਇਵੋਲਵ ਹੋ ਗਿਆ ਸਾਰਾ ਆਨਲਾਈਨ ਲੈ ਆਇਆ, ਹੁਣ ਕੋਈ ਵੀ ਬੰਦਾ ਸੰਬੰਧਿਤ SDM ਨੂੰ ਆਨਲਾਈਨ ਅਪਲਾਈ ਕਰ ਸਕਦਾ ਹੈਗਾ। ਸੋ ਸਿਸਟਮ ਦਿਨੋ ਦਿਨ ਇੰਪਰੂਵ ਹੋ ਰਿਹਾ ਜਿਵੇਂ ਮੈਂ ਆਖਿਆ ਸੀ, ਕਿਉਂਕਿ ਸਿਚੁਏਸ਼ਨ ਅਨਪ੍ਰੈਸੀਡੈਂਟਡ ਹੈ, ਕਿਤੇ ਪਹਿਲਾਂ ਆਈ ਨਹੀਂ, ਔਰ ਇਸਦੀ ਜਿਹੜੀ ਤਿਆਰੀ ਆ ਉਹਦੇ ਵਿੱਚ ਲਗਾਤਾਰ ਸੁਧਾਰ ਕੀਤਾ ਜਾ ਰਿਹਾ, ਜਿੱਥੇ ਕਿਤੇ ਕਮੀ ਪੇਸ਼ੀ ਆ ਰਹੀ ਆ ਮੰਨਿਆ ਜਾ ਰਿਹਾ ਔਰ ਉਸਨੂੰ ਸੁਧਾਰ ਦੇ ਅਧੀਨ ਉਸਨੂੰ ਰੀਇਨਫੋਰਸ ਕੀਤਾ। ਤੁਸੀਂ ਸੁਝਾਅ ਮੰਨਦੇ ਪਏ ਹੋ, ਵਿਰੋਧੀ ਧਿਰਾਂ ਨਾਲ ਵੀ ਕੈਪਟਨ ਸਾਹਿਬ ਨੇ ਗੱਲਬਾਤ ਕੀਤੀ ਹੈ ਕੱਲ੍ਹ, ਵਿਰੋਧੀ ਧਿਰਾਂ ਨਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲ ਕੀਤੀ ਹੈ, ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨਾਲ, ਹਰਦੇਵ ਸਿੰਘ ਅਰਸ਼ੀਹਰਾ ਨਾਲ, ਇਸ ਤੋਂ ਇਲਾਵਾ ਸੁਖਦੇਵ ਸਿੰਘ ਢੀਂਡਸਾ ਨਾਲ, ਕੁਝ ਦੱਸ ਸਕਦੇ ਹੋ ਕਿ ਗੱਲਬਾਤ ਹੋਈ, ਉਹਨਾਂ ਨੇ ਕੀ ਕਿਹਾ ਸਹਿਯੋਗ ਬਾਰੇ ਜਾਂ ਸਾਥ ਬਾਰੇ, ਕੁਝ ਦੱਸ ਸਕਦੇ ਹੋ, ਅੰਦਰਲੀ ਗੱਲ ਦੱਸ ਸਕਦੇ ਹੋ? CM ਸਾਹਿਬ ਨੇ ਜੀ ਦੋ ਤਰੀਕੇ ਦੀਆਂ ਗੱਲਾਂ ਕੀਤੀਆਂ। ਪਹਿਲਾਂ ਤਾਂ ਉਹਨਾਂ ਦੇ ਸੁੱਖ ਸ਼ਾਂਤੀ ਬਾਰੇ ਪੁੱਛਿਆ ਵੀ ਪਰਿਵਾਰ ਦੇ ਵਿੱਚ ਰਾਜੀ ਖੁਸ਼ੀ ਹੈ, ਸਭ ਠੀਕ ਠਾਕ ਹੈ, ਔਰ ਉਸ ਤੋਂ ਬਾਅਦ ਉਹਨੇ ਪੁੱਛਿਆ ਕਿ ਜੇ ਜੋ ਇਹ ਮਾਹੌਲ ਪੰਜਾਬ 'ਚ ਬਣਿਆ ਔਰ ਉਸਨੂੰ ਲੈ ਕੇ ਜੋ ਪੰਜਾਬ ਸਰਕਾਰ ਨੇ ਫੈਸਲੇ ਲਿੱਤੇ ਆ ਉਹਦੇ ਬਾਰੇ ਜੇ ਉਹ ਕੋਈ ਸੁਝਾਅ ਦੇਣਾ ਚਾਹੁਣ, ਅੱਗੇ ਦੇ ਜਿਹੜੇ ਫੈਸਲੇ ਲੈਣੇ ਆ ਉਹਨਾਂ ਦੇ ਕੋਈ ਸੁਝਾਅ ਹੋਣ ਤਾਂ ਉਹ ਜ਼ਰੂਰ ਉਹਨਾਂ ਨੂੰ ਭੇਜਣ। ਕਈ ਜਿਹੜੇ ਲੀਡਰ ਸਾਹਿਬਾਨ ਨੇ ਉਹਨਾਂ ਨੇ ਟੈਲੀਫੋਨ 'ਤੇ ਗੱਲਬਾਤ ਕੀਤੀ, ਕਈਆਂ ਨੇ ਲਿਖ ਕੇ ਭੇਜਣ ਦੀ ਪੇਸ਼ਕਸ਼ ਕੀਤੀ। ਉਸ ਤੋਂ ਬਾਅਦ CM ਸਾਹਿਬ ਨੇ ਵੈਸੇ ਵੀ ਇਹ ਗੱਲ ਮੀਡੀਆ ਰਾਹੀਂ ਵੀ ਕਿਹਾ ਕਿ ਜੋ ਵੀ ਲੀਡਰ ਸਾਹਿਬਾਨ ਹੈ, ਔਰ ਮੈਂ ਕੱਲ੍ਹ ਜਦੋਂ ਇੱਕ ਪਰਟੀਕੁਲਰ ਚੈਨਲ 'ਤੇ ਅਸੀਂ ਘੰਟੇ ਦੀ ਡਿਬੇਟ ਦੇ ਵਿੱਚ ਸੀਗੇ, ਲਾਈਵ ਹੋਏ ਵੀ ਸੀ, ਉੱਥੇ ਮੇਰੇ ਵੱਲੋਂ ਵੀ ਮੈਂ CM ਸਾਹਿਬ ਦੇ ਬਿਹਾਫ 'ਤੇ ਬੇਨਤੀ ਕੀਤੀ ਕਿ ਜੋ ਕੋਈ ਵੀ ਸੁਝਾਅ ਹੈਗੇ ਆ ਜਿਹੜੇ ਕਿ ਅੱਜ ਦੇ ਦਿਨ 'ਚ ਕੋਈ ਭੇਜਣਾ ਚਾਹਵੇ ਉਹ ਪਲੀਜ਼ ਭੇਜਣ, ਉਹ ਸੁਝਾਅ ਦੇਖੇ ਜਾਣਗੇ, ਸਮਝੇ ਜਾਣਗੇ, ਔਰ ਜਿਸ ਨਾਲ ਕੋਈ ਵੀ ਚੀਜ਼ ਨੂੰ ਸਿਸਟਮ ਨੂੰ ਫਾਇਦਾ ਹੁੰਦਾ ਇੰਪਲੀਮੈਂਟ ਕੀਤਾ ਜਾਊਗਾ। ਸਰਬ ਪਾਰਟੀ ਬੈਠਕ ਤੋਂ ਕਿਉਂ ਤੁਸੀਂ ਕੰਨੀ ਕਤਰਾ ਰਹੇ ਹੋ? ਤੁਹਾਡੇ ਵਿਰੋਧੀ ਵਾਰ ਵਾਰ ਮੰਗ ਕਰਦੇ ਪਏ ਕਿ ਸਰਬ ਪਾਰਟੀ ਬੈਠਕ ਹੋ ਜਾਏ ਵੀਡੀਓ ਕਾਨਫਰੰਸਿੰਗ ਜ਼ਰੀਏ, ਉਸ ਤੋਂ ਕਿਉਂ ਕੰਨੀ ਕਤਰਾ ਰਹੇ ਹੋ ਸਰ, ਕੋਈ ਖਾਸ ਵਜ੍ਹਾ? ਵੈਸੇ ਕੈਪਟਨ ਸਾਹਿਬ ਨੇ ਨਕਾਰਤੀ ਉਹ ਚੀਜ਼ ਮੈਂ ਸਾਰੀ ਮੈਂ ਪੜ੍ਹੀ ਹੈ, ਸੁਖਬੀਰ ਬਾਦਲ ਨੇ ਜੋ ਚਿੱਠੀ ਲਿਖੀ ਸੀਗੀ। ਨਹੀਂ ਸਾਹਿਬ, ਉਹਨਾਂ ਨੇ ਜੋ ਦੋ ਚਿੱਠੀਆਂ ਲਿਖੀਆਂ ਸੀ ਦੋਨਾਂ ਚਿੱਠੀਆਂ ਦਾ ਜਵਾਬ ਵੀ ਦੇ ਦਿੱਤਾ ਗਿਆ ਹੈਗਾ। ਕੱਲ ਡਾਕਟਰ ਚੀਮਾ ਨੇ ਇੱਕ ਚੈਨਲ ਤੇ ਕਿਹਾ ਸੀ ਕਿ ਉਹਨਾਂ ਨੂੰ ਜਵਾਬ ਨਹੀਂ ਮਿਲਿਆ, ਜਿਹੜਾ ਜਵਾਬ ਉਹਨਾਂ ਨੂੰ ਮੀਡੀਆ ਰਾਹੀਂ ਮਿਲਿਆ, ਜਦਕਿ ਉਹਨਾਂ ਦੋਨਾਂ ਚਿੱਠੀਆਂ ਦਾ ਜਵਾਬ ਪ੍ਰੋਪਰ ਦਿੱਤਾ ਗਿਆ ਹੈਗਾ। ਔਰ ਮੇਰੇ ਖਿਆਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੈਗੇ ਸੁਖਬੀਰ ਸਿੰਘ ਬਾਦਲ, ਉਹਨਾਂ ਨੂੰ ਮਿਲ ਜੂਗਾ ਉਹ ਜਵਾਬ ਵੀ। ਪਰ ਤੁਸੀਂ ਸਰਬ ਦਲ ਬੈਠਕ ਦੀ ਗੱਲ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ, ਬਿਲਕੁਲ ਸਰਕਾਰ KPG ਨਹੀਂ ਭੱਜੀ। ਇਹ ਜਿਹੜੇ ਮੁੱਢਲੇ ਦਿਨ ਹੈਗੇ ਆ ਇਹਦੇ ਵਿੱਚ ਬੜਾ ਜ਼ਰੂਰੀ, ਇਹ ਵਾਰਲਾਈਕ ਸਿਚੁਏਸ਼ਨ ਹੈ, ਵਾਰਲਾਈਕ ਸਿਚੁਏਸ਼ਨ ਦੇ ਵਿੱਚ ਜਿਹੜੀ ਤੁਹਾਡੀ ਜ਼ਰੂਰਤ ਸ਼ੁਰੂਆਤ 'ਚ ਹੁੰਦੀ ਹੈ ਸਾਰੇ ਸਿਸਟਮ ਨੂੰ ਪਲੇਸ ਲੈ ਕੇ ਰੀਇਨਫੋਰਸ ਕਰਨ ਦੀ ਹੁੰਦੀ ਹੈ। ਜਿਹੜਾ ਟੈਲੀਫੋਨ ਰਾਹੀਂ ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਤੋਂ ਸੁਝਾਅ ਲਿੱਤੇ, ਉਹ ਇੱਕ ਤਰ੍ਹਾਂ ਦਾ ਉਸਦਾ ਕੜੀ ਦਾ ਹੀ ਸ਼ੁਰੂਆਤ ਹੈਗੀ ਹੈ। ਔਰ ਅਗਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ CM ਸਾਹਿਬ ਨੇ ਉਸਨੂੰ ਠੀਕ ਸਮਝਿਆ, ਇਹ ਜਿਹੜੀ ਸਰਬ ਦਲ ਮੀਟਿੰਗ ਹੈਗੀ ਹੈ ਵੀਡੀਓ ਕਾਨਫਰੰਸ ਰਾਹੀਂ ਉਹ ਵੀ ਹੋ ਜਾਵੇਗੀ। ਠੀਕ ਹੈ।
ਕੈਪਟਨ ਸੰਧੂ ਇੱਕ ਸਵਾਲ, ਕਿਉਂਕਿ ਮੇਰੇ ਕੋਲ ਕਾਲਸ ਕਾਫੀ ਸਾਰੀ ਆ ਰਹੀਆਂ ਨੇ ਔਰ ਮੈਂ ਸਾਰਿਆਂ ਨੂੰ ਹੋਲਡ 'ਤੇ ਰੱਖਿਆ ਹੋਇਆ। ਜਿਹੜਾ ਲੋਕਾਂ ਦੇ ਜ਼ਹਿਨ ਵਿੱਚ ਸਵਾਲ ਹੁੰਦਾ, ਇਹ ਸ਼ੋਅ ਅਸੀਂ ਲਗਾਤਾਰ ਕਈ ਦਿਨਾਂ ਤੋਂ ਕਰ ਰਹੇ ਹਾਂ ਔਰ ਜਿਹੜੇ ਸ਼ੁਰੂਆਤ ਵਿੱਚ ਜਿਹੜੀਆਂ ਤਸਵੀਰਾਂ ਪੰਜਾਬ ਪੁਲਿਸ ਦੀਆਂ ਸਾਹਮਣੇ ਆਈਆਂ ਸੀਗੀਆਂ ਮਾੜੇ ਵਤੀਰੇ ਦੀਆਂ, ਲੋਕਾਂ ਦੇ ਨਾਲ ਜਿਹੜਾ ਸੀਗਾ ਯੂਥ ਹੋਇਆ, ਓਲਡ ਏਜ ਹੋਇਆ, ਸਾਰਿਆਂ ਨੂੰ ਜਿਹੜਾ ਸੀਗਾ ਇੱਕੋ ਡਾਂਗ ਦੇ ਨਾਲ ਜਿਹੜਾ ਸੀਗਾ ਸਾਰਿਆਂ ਨੂੰ ਕੁੱਟ ਕੇ ਜਿਹੜਾ ਹੈਗਾ ਅੰਦਰ ਬਿਠਾਉਣ ਦੀ ਕੋਸ਼ਿਸ਼ ਸੀਗੀ, ਉਸ ਦੀ ਲੋਕ ਫੋਨ ਕਾਲਸ ਕਰਕੇ ਨਿਖੇਧੀ ਵੀ ਕਰ ਰਹੇ ਸੀ। ਮੇਰਾ ਸਵਾਲ ਉਹਨਾਂ ਦੇ ਬਾਰੇ ਹੈ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਅਜਿਹਾ ਕੀਤਾ ਹੈ, ਕਿ ਉਹਨਾਂ ਨੂੰ ਲੈ ਕੇ ਕੋਈ ਐਕਸ਼ਨ ਇਹ ਸਾਰੀ ਸਿਚੁਏਸ਼ਨ ਤੋਂ ਬਾਅਦ ਜਾਂ ਇਨ ਬਿਟਵੀਨ ਗੌਰਮੈਂਟ ਲਏਗੀ? ਗੌਰਮੈਂਟ ਨੇ ਹਾਲਾਂਕਿ CM ਨੇ ਖੁਦ ਕਿਹਾ ਕਿ ਉਹ ਇਸ ਤਰ੍ਹਾਂ ਦਾ ਵਤੀਰਾ ਨਾ ਕਰਨ ਐਕਸੈਪਟ ਨਹੀਂ ਹੈਗਾ, ਪਰ ਜਿਨ੍ਹਾਂ ਨੇ ਇਹ ਚੀਜ਼ਾਂ ਕੀਤੀਆਂ ਨੇ, ਕਿ ਉਹਨਾਂ ਨੂੰ ਲੈ ਕੇ ਕੋਈ ਐਕਸ਼ਨ ਹੋਏਗਾ? ਦੇਖੋ ਸਾਹਿਬ, ਤੁਹਾਡੀ ਆਵਾਜ਼ ਨਹੀਂ ਪਹੁੰਚ ਪਾ ਰਹੀ ਸਾਡੇ ਕੋਲ, ਦੁਬਾਰਾ ਤੁਹਾਡੇ ਕੋਲ ਵਾਪਸ ਆਉਣ ਦੀ ਕੋਸ਼ਿਸ਼ ਕਰਦੇ ਹਾਂ। ਕਾਲ ਲੈ ਸਕਦੇ ਹੋ ਗਗਨ ਤੁਸੀਂ? ਬਹੁਤ ਹੋਲਡ ਕੀਤੀ ਹੈ ਮੇਰੇ ਕਾਲਸ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਜੀ ਮੈਂ ਨਿਊਯਾਰਕ ਤੋਂ ਬੋਲ ਰਹੀ ਹਾਂ, ਰਾਜਵਿੰਦਰ ਕੌਰ ਬੋਲ ਰਹੀ ਹਾਂ। ਜੀ ਰਾਜਵਿੰਦਰ ਜੀ, ਕੀ ਕਹਿਣਾ ਚਾਹੋਗੇ? ਸਿੱਧਾ ਸਵਾਲ ਦੀ ਗੱਲ ਕਰੋ ਜੀ। ਪਹਿਲਾਂ ਤਾਂ ਜਸਟਿਨ ਗਾਂਧੀ ਦਾ ਬਹੁਤ ਬਹੁਤ ਧੰਨਵਾਦ ਆ, ਔਰ ਬਹੁਤ ਹੀ ਅੱਛੇ ਜਰਨਲਿਸਟ ਬਿਠਾਏ ਹੋਏ ਨੇ, ਬਹੁਤ ਇੰਟੈਲੀਜੈਂਟ, ਬਹੁਤ ਧੰਨਵਾਦ ਸਾਰਿਆਂ ਦਾ। ਸੋ ਦੂਸਰੀ ਗੱਲ ਇਹ ਹੈਗੀ ਆ ਕਿ ਜਦੋਂ ਵੀ ਸਾਡੀ ਪੰਜਾਬ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਹੁੰਦੀ ਆ ਜਾਂ ਕਿਸੇ ਨਾਲ ਵੀ ਗੱਲ ਹੁੰਦੀ ਆ, ਉਹ ਕਹਿੰਦੇ ਨੇ ਬਈ ਸਾਨੂੰ ਬੁਖਾਰ ਹੈਗਾ, ਸਪੋਜ਼ ਕੋਈ ਕਾਲਾਂ ਮੈਨੂੰ ਆਈਆਂ ਹੋਇਆ ਮੈਡੀਕਲ ਫੀਲਡ ਵਿੱਚ ਹੈਗੀਆਂ, ਤੇ ਉਹ ਕਹਿੰਦੇ ਨੇ ਬਈ ਅਸੀਂ ਹਸਪਤਾਲ, ਮੈਂ ਕਿਹਾ ਬਈ ਤੁਸੀਂ ਜਿਆਦਾ ਕੋਈ ਪ੍ਰੋਬਲਮ ਹੈ ਡਾਕਟਰ ਨਾਲ ਕੰਸਲਟ ਕਰੋ, ਜੇ ਤੁਹਾਨੂੰ ਆਲਰੇਡੀ ਕੋਈ ਪ੍ਰੋਬਲਮ ਹੈ ਬਜ਼ੁਰਗ ਹੋ ਤੁਸੀਂ। ਉਹ ਕਹਿੰਦੇ ਜੀ ਸਾਡੇ ਇੱਥੇ ਪਹਿਲੇ ਤਾਂ ਪ੍ਰਾਈਵੇਟ ਹਸਪਤਾਲ ਨਹੀਂ ਖੁੱਲੇ, ਸਰਕਾਰੀ ਹਸਪਤਾਲਾਂ 'ਚ ਬੜਾ ਬੁਰਾ ਹਾਲਾਤ ਨੇ। ਫਿਰ ਜੇ ਉੱਥੋਂ ਦੇ ਮੇਰੇ ਕਿਸੇ ਮੈਡੀਕਲ ਫੀਲਡ ਦੇ ਲੋਕਾਂ ਨਾਲ ਗੱਲ ਹੋਈ, ਜਿਹੜੇ ਮੇਰੇ ਆਪਣੇ ਦੋਸਤ ਕੰਮ ਕਰਦੇ ਨੇ ਮੈਡੀਕਲ ਫੀਲਡ 'ਚ, ਤਾਂ ਉਹ ਕਹਿੰਦੇ ਜੀ ਅਸੀਂ ਕਿਵੇਂ ਜਾਈਏ, ਸਾਡੀ ਜਿਹੜੀ ਤਨਖਾਹ ਇੱਕ ਨਰਸ ਦੀ ਉਹ ਇੰਨੀ ਕੁ ਘੱਟ ਹੈਗੀ ਆ, ਵੀ ਅਸੀਂ ਇੰਨੀ ਘੱਟ ਤਨਖਾਹ 'ਤੇ ਕਿਵੇਂ ਬਣਦਾ, ਠੀਕ ਹੈ ਜੀ। ਔਰ ਇੱਕ MBBS ਡਾਕਟਰ ਦੀ ਤਨਖਾਹ ਜਿਹੜੀ ਕਿ ਘੱਟ ਤੋਂ ਘੱਟ 1,00,000 ਰੁਪਇਆ ਹੋਣੀ ਚਾਹੀਦੀ ਆ ਆਰਾਮ ਨਾਲ ਉੱਥੇ, ਸਹੀ ਹੈ ਜੀ, ਜਿਹੜੀ ਕਿ ਹੈ ਨੀ ਵੈਸੇ। ਔਰ ਫਿਰ ਵੀ ਪ੍ਰਾਈਵੇਟ ਜਿਹੜੇ ਡਾਕਟਰ ਨੇ ਜਿਹਨਾਂ ਨੇ ਇੰਨਾ ਲੁੱਟਿਆ ਆ ਪਹਿਲਾਂ ਲੋਕਾਂ ਨੂੰ, ਰਾਈਟ, ਜੇ ਕਿਸੇ ਦੀ ਕਿਡਨੀ ਨਹੀਂ ਵੀ ਖਰਾਬ ਸੀ ਤਾਂ ਵੀ ਕਹਿਤਾ ਵੀ ਤੇਰੀ ਖਰਾਬ ਹੈ, ਤੁਸੀਂ ਪਾਰਟੀ ਦੇ 4-5 ਲੱਖ ਲੈ ਲਿਆ, ਠੀਕ ਹੈ ਜੀ। ਉਹ ਡਾਕਟਰ ਹੁਣ ਕਿਉਂ ਨੀ ਆਪਣੇ ਹਸਪਤਾਲ ਖੋਲਦੇ, ਕਿਉਂ ਨੀ ਸਰਕਾਰ ਜਿਹੜੀ ਆ ਉਹ ਮੈਡੀਕਲ ਦੀ ਸੁਵਿਧਾ ਲੋਕਾਂ ਨੂੰ ਫ੍ਰੀ ਦਿੰਦੀ? ਉਹ ਸਰਕਾਰ ਕੁਛ ਤਾਂ ਕਰੇ, ਜਾਂ ਤਾਂ ਸਰਕਾਰ ਪੜ੍ਹਾਈ ਫ੍ਰੀ ਕਰੇ ਤੁਹਾਨੂੰ। ਚਿੱਤਰਕਾਰ ਫੋਟੋ ਬਣਾਉਂਦਾ ਨਾ, ਹਾਂਜੀ ਹਾਂਜੀ, ਤੇ ਉਹ ਕਿਸੇ ਚੌਂਕ ਚ ਲਾ ਦਿੰਦਾ, ਚੌਂਕ ਚ ਲਾ ਕੇ ਤੇ ਉਹਦਾ ਵੀ ਇਹਦਾ ਕੋਈ ਨੁਕਸ ਕੱਢੋ, ਉਹ ਸਾਰੀ ਫੋਟੋ ਕਾਲੀ ਹੋ ਜਾਂਦੀ ਹੈ। ਦੂਜੀ ਬਣਾ ਹੋਰ ਫੋਟੋ ਬਣਾ ਕੇ ਚਿੱਤਰ ਚ ਲਾ ਗਿਆ, ਚੌਂਕ ਚ ਲਾ ਗਿਆ ਵੀ ਜਿਹੜਾ ਫੋਟੋ ਚ ਨੁਕਸ ਕੱਢੇ ਤੇ ਉਹਨੂੰ ਦਰੁਸਤ ਕਰੇ, ਤੇ ਉਹਦੀ ਫੋਟੋ ਕੋਈ ਵੀ ਕਾਲੀ ਨਹੀਂ ਕਰਦਾ। ਮੇਰਾ ਗੱਲ ਕਰਨਾ ਮਤਲਬ ਵੇਖੋ, ਕਿਸੇ ਦੀ ਕਿੰਤੂ ਪਰੰਤੂ ਕਰਨਾ ਬੜਾ ਸੌਖਾ ਵਾ, ਬਿਲਕੁਲ, ਤੇ ਕੰਮ ਕਰਨਾ ਬੜਾ ਔਖਾ ਵਾ। ਵੇਖੋ ਅਮੈਰੀਕਾ ਦੇ ਵਿੱਚ ਜਿਹੜੀ ਪਬਲਿਕ ਆ ਉਹ ਸਰਕਾਰ ਦਾ ਸਾਥ ਦਿੰਦੀ ਆ, ਹਾਂਜੀ, ਇਸੇ ਕਦੇ ਕਿੰਤੂ ਪਰੰਤੂ ਨਹੀਂ ਕਰਦਾ। ਮੈਂ ਵੀ ਐਸੀ, ਮੈਂ 15-20 ਦਿਨ ਤੋਂ ਮੈਂ ਅੰਦਰ ਹੀ ਬੈਠਾ, ਕਮਰੇ 'ਚ ਬਾਹਰ ਨਹੀਂ ਜਾਂਦਾ, ਬਿਲਕੁਲ ਬਿਲਕੁਲ ਬਿਲਕੁਲ। ਅਗਰ ਜੇ ਮੈਂ ਇੰਡੀਆ 'ਚ ਹੁੰਦਾ ਤਾਂ ਮੈਂ ਘਰ ਬਣਿਆ ਨਹੀਂ। ਇਹ ਸਾਡੀ ਸੋਚ ਹੈਗੀ ਆ, ਇਹ ਸਾਡੀ ਸੋਚ ਹੈਗੀ ਆ ਨਾ, ਨਹੀਂ ਹੁਣ ਇੱਥੇ ਬਿਠਾਇਆ ਜਾ ਰਿਹਾ ਸਰ, ਇੱਥੇ ਬਿਠਾਇਆ ਜਾ ਰਿਹਾ ਸਰ, ਹਾਂਜੀ ਹਾਂਜੀ, ਘਰੇ ਬੈਠੇ ਹੁਣ ਲੋਕ ਘਰੇ ਬੈਠੇ ਆ, ਆਪਾਂ ਸਾਰਿਆਂ ਨੂੰ ਇੱਕੋ ਰਸੇ ਨਹੀਂ ਬੰਨ ਸਕਦੇ ਸਰ। ਮੇਰਾ ਕਹਿੰਦਾ ਮੈਂ ਠੀਕ, ਹੋਰ ਵੀ ਕਾਲਰ ਲੈ, ਕੈਲੀਫੋਰਨੀਆ ਤੋਂ ਕਾਲ ਸੀ, ਉਸ ਤੋਂ ਪਹਿਲਾਂ ਨਿਊਯਾਰਕ ਤੋਂ ਕਾਲ ਸੀ, ਹਾਂ, ਤੇ ਹੋਰ ਵੀ ਕਾਲਰਸ ਲੈ ਲੈਂਦੇ ਆਪਾਂ ਇੱਕ ਵਾਰੀ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਰ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਪ੍ਰਗਟ ਸਿੰਘ ਪਰਲ, USA ਕੈਲੀਫੋਰਨੀਆ ਤੋਂ ਬੋਲ ਰਿਹਾ ਜੀ। ਬਲ ਸਾਹਿਬ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਇਹ ਦੱਸਾਂ ਜੀ, ਇੱਥੇ ਲੰਗਰ ਵੰਡਣ ਦੇ ਬਹਾਨੇ ਤੇ ਰਾਸ਼ਨ ਵਾਲੀਆਂ ਥੈਲੀਆਂ ਵੰਡਣ ਦੇ ਬਹਾਨੇ ਫੋਟੋ ਕਲਚਰ ਨਹੀਂ ਹੈਗਾ, ਤੇ ਡਿਬੇਟ ਇੱਥੇ ਵੀ ਬਹੁਤ ਹੈ ਪਰ ਇੱਥੇ TV ਤੇ ਆ,
ਅਪੋਜੀਸ਼ਨ ਪੂਰੀ ਘੇਰ ਕੇ ਰੱਖਦੀ ਹੈ ਰਾਸ਼ਟਰਪਤੀ ਨੂੰ, ਜਿਹੜੇ ਅਧਿਕਾਰਾਂ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰਦਾ, ਪਬਲਿਕ ਲਈ ਸੋਚਦੇ ਨਾ ਕਿ ਆਪਣੇ ਘਰਾਂ ਲਈ। ਬਲ ਸਾਹਿਬ ਸਵਾਲ ਤੇ ਆ ਜੀ, ਹੁਣ ਇੱਥੋਂ ਲੋਕ ਇੰਡੀਆ ਤੇ ਨਹੀਂ ਜਾਂਦੇ ਇਲਾਜ ਕਰਾਉਣ, ਪੱਠਲ ਬਾਦਲ ਉਤਲੇ ਸਾਰੇ ਮੰਤਰੀ ਇਹਨਾਂ ਨੂੰ ਤੇ ਲਾਓ ਆ ਵੀ ਅਮੈਰੀਕਾ ਆ ਕੇ ਇਲਾਜ ਕਰਾ ਜਾਂਦੇ ਆ। ਅੰਕੜੇ ਵੇਖੋ, ਜੰਗ ਲੱਗਣੀ ਹੁੰਦੀ ਆ, ਆਰਮੀ ਭਾਵੇਂ ਜੰਗ ਲੱਗੇ ਜਾਂ ਨਾ ਲੱਗੇ ਉਹਨਾਂ ਨੂੰ ਐਕਸ਼ਨ ਕਰਾਉਂਦੇ ਰਹਿੰਦੇ ਆ, ਤਿਆਰੀ ਰੱਖਦੇ, ਪਤਾ ਨੀ ਕਦੋਂ ਲੱਗ ਜਾਣੀ ਆ। ਤੁਸੀਂ ਇਹਨਾਂ ਦੇ ਅੰਕੜੇ ਪੁੱਛੋ ਆਪਣੇ ਕੈਪਟਨ ਸਾਹਿਬ ਨੂੰ ਕਿ ਤੁਸੀਂ ਹੁਣੇ ਬਜਟ ਬਣਾ ਕੇ ਹਟੇ ਜੇ ਪੰਜਾਬ ਦਾ, ਉਹਦੇ ਚ ਲੋਕਾਂ ਦੀ ਸਿਹਤ ਦਾ ਖਿਆਲ ਰੱਖ ਕੇ ਹੈਲਥ ਸੈਕਟਰ ਤੇ ਕਿੰਨਾ ਖਰਚਾ, ਠੀਕ ਡਾਕਟਰ ਰਾਜਵਿੰਦਰ ਕੌਰ ਕਹਿ ਰਹੇ ਸੀਗੇ ਕਿ ਟੈਸਟ ਫ੍ਰੀ ਹੋਣੇ ਚਾਹੀਦੇ ਆ, ਤਨਖਾਹਾਂ ਜ਼ਿਆਦਾ ਹੋਣੀਆਂ ਚਾਹੀਦੀਆਂ। ਇਸ ਤੋਂ ਇਲਾਵਾ ਪ੍ਰਗਟ ਸਿੰਘ ਹੋਰਾਂ ਨੇ ਗੱਲ ਕੀਤੀ ਹੈ ਕਿ ਇਹ ਸਿਆਸਤ ਦਾ ਨਾਂ ਬਾਹਰ ਇਲਾਜ ਕਰਵਾਉਂਦੇ ਹੈਗੇ ਆ, ਬਹੁਤ ਸਾਰੇ ਸਵਾਲ ਹੈਗੇ ਆ। ਸਵਾਲ ਇਹ ਹੈਗਾ ਕਿ ਸਾਰੀਆਂ ਫੈਸਿਲਿਟੀਜ਼ ਜਿਹੜੀਆਂ ਇੱਥੇ ਕਿਉਂ ਨਹੀਂ ਹੈਗੀਆਂ, ਇੱਥੇ ਕਿਵੇਂ ਆ ਸਕਦੀਆਂ? ਪਰ ਸਵਾਲ ਇਹ ਵੀ ਹੈਗਾ ਜੇ ਇੱਥੇ ਊਨ ਤਾਈਆਂ ਸੀ ਫਿਰ ਇੱਥੋਂ ਡਾਕਟਰ ਬਾਹਰ ਕਿਉਂ ਚਲੇ ਗਏ? ਸਵਾਲ ਉਹਨਾਂ 'ਤੇ ਵੀ ਹੈਗਾ, ਉਹਨਾਂ ਦਾ ਸਵਾਲ ਅਸੀਂ ਕਿਉਂ ਨਹੀਂ ਪੁੱਛਦੇ? ਕਿ ਸਾਰੇ ਸਵਾਲ ਪੁੱਛਣ ਲਾਜ਼ਮੀ ਹੈ, ਕਲੈਕਟਿਵ ਰਿਸਪੋਂਸੀਬਿਲਟੀ ਸਾਡੇ ਸਾਰਿਆਂ ਦੀ। ਬ੍ਰੇਕ ਤੋਂ ਵਾਪਸ ਆ ਰਹੇ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਸਵਾਲ ਇੱਕੋ ਪੁੱਛ ਰਿਹਾ, ਕੋਰੋਨਾ ਮਹਾਮਾਰੀ ਦੇ ਨਾਲ ਲੜਨ ਦੇ ਲਈ ਪੰਜਾਬ ਦੀਆਂ ਤਿਆਰੀਆਂ ਤੇ ਕਿਹੜੇ ਸਵਾਲ ਬਾਕੀ ਨੇ? ਸੰਤ ਸਾਹਿਬ ਸਾਡੇ ਨਾਲ ਮੁੜ ਜੁੜ ਚੁੱਕੇ ਨੇ। ਸੰਤ ਸਾਹਿਬ, ਇਨ ਬਿਟਵੀਨ ਜਿਹੜਾ ਸਾਡੇ ਨਾਲ ਫੋਨ ਕਾਲ ਤੇ ਸਾਡੇ ਦਰਸ਼ਕਾਂ ਨੇ ਗੱਲ ਕੀਤੀ ਹੈ, ਸਵਾਲ ਚੁੱਕਿਆ ਹੈ, ਸੰਖੇਪ ਵਿੱਚ ਮੈਂ ਤੁਹਾਡੇ ਤੱਕ ਉਹ ਸਵਾਲ ਲੈ ਕੇ ਆਊਂਗਾ। ਸਵਾਲ ਹੈਗਾ ਡੈਡ ਬੋਡੀਜ਼ ਦੇ ਕੰਪੋਜ਼ ਆਫ ਨੂੰ ਡਿਸਪੋਜ਼ ਆਫ ਜਦੋਂ ਕਰਨਾ ਹੁੰਦਾ ਉਸ ਨੂੰ ਲੈ ਕੇ ਲੋਕ ਐਜੀਟੇਸ਼ਨ ਜਿਹੜਾ ਕਰਦੇ ਆ ਸੜਕਾਂ 'ਤੇ ਆ ਜਾਂਦੇ ਆ ਉਸ ਨੂੰ ਲੈ ਕੇ, ਅਤੇ ਲੋਕ ਜਿਹੜਾ ਹੈਗਾ ਲੰਗਰ ਵੰਡਣ ਦੇ ਲਈ ਜਿਹੜਾ ਹੈਗਾ ਸਿਰਫ ਤਸਵੀਰਾਂ ਖਿਚਾਉਣ ਦੇ ਲਈ ਲੰਗਰ ਵੰਡਣਾ ਚਾਹ ਰਹੇ ਆ ਉਸ ਨੂੰ ਲੈ ਕੇ ਸਵਾਲ ਹੈਗਾ। ਸਵਾਲ ਇਸ ਗੱਲ ਨੂੰ ਲੈ ਕੇ ਕਿ ਮੈਡੀਕਲ ਫੈਸਿਲਿਟੀਜ਼ ਜਿਹੜੀਆਂ ਨੇ ਜਿਵੇਂ ਦੀ ਫੈਸਿਲਿਟੀਜ਼ ਬਾਹਰ ਦੇ ਮੁਲਕਾਂ ਵਿੱਚ ਨੇ ਉਵੇਂ ਦੀ ਫੈਸਿਲਿਟੀਜ਼ ਸਾਡੇ ਇੱਥੇ ਕਿਉਂ ਨਹੀਂ ਮਿਲਦੀਆਂ? ਇਹ ਸਾਰੇ ਇਹਨਾਂ ਸਵਾਲਾਂ ਨਾਲ ਸਵਾਲ ਇਹ ਵੀ ਚੁੱਕਿਆ ਗਿਆ ਕਿ ਸਿਆਸਤਦਾਨ ਬਾਹਰ ਇਲਾਜ ਕਰਵਾਉਣ ਜਾਂਦੇ ਆ ਜੇ ਇੱਥੇ ਸਹੂਲਤਾਂ ਦੇ ਦੇਣ ਅਤੇ ਇੱਥੇ ਇਲਾਜ ਆਪਦਾ ਕਰਾ ਸਕਣ। ਓਕੇ ਜੀ, ਮੈਂ ਦੇਖੋ ਇਹ ਜਿਹੜਾ ਸਮਾਂ ਹੈਗਾ ਮੈਂ ਆ ਜਿਹੜਾ ਲਾਸਟ ਸਵਾਲ ਹੈ ਇਸੇ ਟਿੱਪਣੀ ਨਹੀਂ ਕਰਨੀ ਚਾਹੂੰਗਾ, ਪਰ ਮੈਂ ਜਿਹੜੇ ਬਾਕੀ ਤਿੰਨ ਗੱਲਾਂ ਉਹ ਜ਼ਰੂਰ ਕਹਿਣਾ ਚਾਹੂੰਗਾ ਕਿ ਜਿੱਥੋਂ ਤੱਕ ਤਾਂ ਗੱਲ ਰਹੀ ਜੀ ਕੋਈ ਜਦੋਂ ਪੂਰਾ ਹੋ ਜਾਂਦਾ, ਬੜੇ ਦੁਰਭਾਗਿਆ ਦੀ ਗੱਲ ਹੈ ਕਿ ਦੋ ਇਹੋ ਜਿਹੇ ਇੰਸੀਡੈਂਟ ਹੋਏ, ਪਰਿਵਾਰ ਦੇ ਮੈਂਬਰ ਜਿਹੜੇ ਪਰਿਵਾਰ ਦੇ ਮੁੱਢਲੇ ਮੈਂਬਰ ਸੀ, ਮਤਲਬ ਪਰਿਵਾਰ ਦੇ ਜਿਹਨਾਂ ਤੋਂ ਅੱਗੇ ਪਰਿਵਾਰ ਦਾ ਚੱਲਿਆ ਹੈਗਾ ਅੰਮ੍ਰਿਤਸਰ ਤੇ ਲੁਧਿਆਣਾ ਸਰ, ਜੀ ਜੀ ਦੋਨਾਂ ਥਾਵਾਂ ਤੇ ਪਰਿਵਾਰ ਦੇ ਮੈਂਬਰਾਂ ਨੇ ਉਹ ਡੈਡ ਬੋਡੀ ਲੈਣ ਤੋਂ ਇਨਕਾਰ ਕਰ ਦਿੱਤਾ, ਔਰ ਸਰਕਾਰ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਦੇ ਆਫਿਸਰ ਸਾਹਿਬਾਨ ਸੀ ਉਹਨਾਂ ਨੇ ਅੱਗੇ ਆ ਕੇ ਉਹਨਾਂ ਦਾ ਸੰਸਕਾਰ ਸਾਰੀਆਂ ਜਿਹੜੀਆਂ ਆਪਣੀਆਂ ਰੀਤੀ ਰਿਵਾਜ ਹੁੰਦੇ ਆ ਸੰਸਕਾਰ ਵੇਲੇ ਉਹਨਾਂ ਨੂੰ ਫੋਲੋ ਕਰਕੇ ਕੀਤਾ। ਬੜੀ ਅਫਸੋਸ ਦੀ ਗੱਲ ਹੈਗੀ ਹੈ ਇਹ ਜਿਹੜੀ ਦੋ ਥਾਂ ਤੇ ਐਜੀਟੇਸ਼ਨ ਹੋਇਆ, ਅੰਮ੍ਰਿਤਸਰ ਵੀ ਐਜੀਟੇਸ਼ਨ ਹੋਇਆ, ਜਲੰਧਰ ਵੀ ਐਜੀਟੇਸ਼ਨ ਹੋਇਆ ਸੰਸਕਾਰ ਨੂੰ ਲੈ ਕੇ, ਕਿਤੇ ਨਾ ਕਿਤੇ ਜਿਹੜੇ ਉਹ ਸੰਸਥਾਵਾਂ ਸੀ ਉਹਨਾਂ ਨੂੰ ਇਸ ਗੱਲ ਦੀ ਸ਼ਾਇਦ ਘਬਰਾਹਟ ਸੀ ਜਾਂ ਇਨਫੋਰਮੇਸ਼ਨ ਤੋਂ ਵਾਂਝੇ ਸੀਗੇ ਕਿ ਸੰਸਕਾਰ ਕਰਨ ਨਾਲ ਜਿਹੜਾ ਕੋਈ ਇਸ ਕਿਸਮ ਦਾ ਇਹ ਜਿਹੜਾ ਵਾਇਰਸ ਹੈ ਨਹੀਂ ਫੈਲਦਾ ਹੈਗਾ। ਇਸ ਤੇ ਬੜੀਆਂ ਐਡਵਾਈਜ਼ਰੀਜ਼ ਬੜੀਆਂ ਕਲੀਅਰ ਆ ਚੁੱਕੀਆਂ ਜਿਹੜੀਆਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਥੱਲੇ ਤੱਕ ਵੀ ਪਹੁੰਚਾ ਦਿੱਤੀਆਂ, ਪਰ ਕਈ ਵਾਰ ਕੋਈ ਸੰਸਥਾਵਾਂ ਇਹੋ ਜਿਹੀਆਂ ਹੁੰਦੀਆਂ ਜਿਹਨਾਂ ਨੂੰ ਇਹ ਸੋਚ ਹੁੰਦੀ ਹੈ ਸ਼ਾਇਦ ਕਿ ਜੇ ਜਿਹੜੇ ਜਿਉਂਦੇ ਹੈਗੇ ਆ ਅਸੀਂ ਉਹਨਾਂ ਦਾ ਧਿਆਨ ਰੱਖਣਾ ਹੈ, ਸਾਨੂੰ ਜਿਹੜਾ ਪੂਰਾ ਹੋ ਗਿਆ ਉਹਦਾ ਸੰਸਕਾਰ ਕਿਵੇਂ ਹੋਣਾ ਨਹੀਂ ਹੋਣਾ ਸਾਡੇ ਜ਼ਿੰਮੇਵਾਰੀ ਨਹੀਂ, ਹਰ ਇੱਕ ਦੀ ਅਲੱਗ ਅਲੱਗ ਸੋਚ ਹੁੰਦੀ ਹੈ। ਔਰ ਇਸ ਨੂੰ ਲੈ ਕੇ ਹੁਣ ਸਰਕਾਰ ਨੇ ਬੜੇ ਕਰੜੇ ਕਦਮ ਚੱਕ ਲਏ ਹਨ ਔਰ ਇਸ ਤੇ ਕਾਰਵਾਈਆਂ ਵੀ ਹੋਣਗੀਆਂ ਸਮੇਂ ਮੁਤਾਬਿਕ। ਜਿਹੜਾ ਦੂਜਾ ਸਵਾਲ ਸੀਗਾ ਤੁਹਾਡਾ ਹੋਸਪਿਟਲ ਦੀ ਤਿਆਰੀ ਨੂੰ ਲੈ ਕੇ ਜਾਂ ਆਧੁਨਿਕਤਾ ਨੂੰ ਲੈ ਕੇ, ਕਈ ਵਾਰ ਇਹ ਸੋਚ ਬਣੀ ਰਹਿੰਦੀ ਹੈ ਬਾਹਰ ਬੈਠ ਕੇ ਵੀ ਸ਼ਾਇਦ ਕੋਈ ਨਾ ਕੋਈ ਉਹ ਸਿਸਟਮ ਉਸ ਲੈਵਲ ਦਾ ਨਹੀਂ, ਪਰ ਸਾਡੇ ਜਿਹੜੇ ਮੈਡੀਕਲ ਕਾਲਜਸ ਹੈਗੇ ਆ ਜਾਂ ਜਿਹੜੇ ਸਾਡੇ ਕਾਰਪੋਰੇਟ ਹੋਸਪਿਟਲਸ ਹੈਗੇ ਆ, ਮੈਂ ਨਾਂ ਨਹੀਂ ਲਊਂਗਾ, ਬਟ ਜਿਹੜੀ ਵੀ ਕਾਰਪੋਰੇਟ ਹੋਸਪਿਟਲ ਗਰੁੱਪਸ ਹੈਗੇ ਆ, ਅੱਜ ਦੇ ਦਿਨ 'ਚ ਬੜੀ ਜਿਹਨੂੰ ਕਹਿ ਲਓ ਅਧੂ ਮਾਡਰਨ ਜਿਹੜੀ ਇੱਕ ਫੈਸਿਲਿਟੀ ਹੁੰਦੀ ਹੈ ਹੋਸਪਿਟਲ 'ਚ ਦੇਣ ਦੀ ਆ, ਉਹਨਾਂ ਕੋਲ ਜਿਹੜਾ ਲਾਈਫ ਸਪੋਰਟ ਸਿਸਟਮ ਹੈ। ਸਰ ਸਵਾਲ ਇਹ ਸੀਗਾ ਪ੍ਰਾਈਵੇਟ ਹਸਪਤਾਲ ਦੇ ਤਾਲੇ ਖੁੱਲ੍ਹ ਕੇ ਉਹ ਸਰਕਾਰ ਦੇ ਨਾਲ ਖੜੇ ਹੈ ਕਿ ਪ੍ਰਾਈਵੇਟ ਹਸਪਤਾਲ ਦੇ ਜਿਹੜੇ ਡਾਕਟਰਸ ਹੈ ਉਹ ਸਰਕਾਰ ਦੇ ਨਾਲ ਮਦਦ ਕਰਨ ਲਈ ਤਿਆਰ ਖੜੇ ਜਾਂ ਨਹੀਂ ਖੜੇ? ਦੋਨੋਂ ਗੱਲਾਂ ਲਈ ਮੈਂ ਕਹੂੰਗਾ, ਜਦੋਂ ਸੀਐਮ ਸਾਹਿਬ ਨੇ 3-4 ਦਿਨ ਪਹਿਲਾਂ ਆ ਕੇ ਉਹ ਸੰਬੋਧਨ ਕੀਤਾ ਔਰ ਜਿਸ ਉਹਨਾਂ ਨੇ ਜਿਹੜੀ ਫਟਰਨਿਟੀ ਸੀ ਉਹਨਾਂ ਨੂੰ ਅਪੀਲ ਵੀ ਕੀਤੀ ਤੇ ਨਾਲੇ ਵੀ ਆਖਿਆ ਕਿ ਜੇ ਤੁਸੀਂ ਇਸ ਚੀਜ਼ ਦੇ ਵਿੱਚ ਅੱਜ ਕੋਪਰੇਟ ਨਹੀਂ ਕਰੋਗੇ ਤਾਂ ਇਸ ਤੇ ਕਾਰਵਾਈ ਹੋ ਸਕਦੀ ਹੈ। ਮੈਂ ਹੁਣ ਰਿਕਾਰਡ ਕਹਿਣਾ ਚਾਹੁੰਦਾ ਕਿ ਜਿਹੜੀ IMA ਫਟਰਨਿਟੀ ਹੈਗੀ ਹੈ ਪੰਜਾਬ ਦਾ ਜਿਹੜਾ ਚੈਪਟਰ ਹੈ ਉਹਨਾਂ ਨੇ ਵਲੰਟੀਅਰਲੀ ਅੱਗੇ ਆ ਕੇ ਪੂਰਾ ਸਮਰਥਨ ਦੇਣ ਦੀ ਗੱਲ ਕੀਤੀ ਹੈ ਪੰਜਾਬ ਗਵਰਨਮੈਂਟ ਨੂੰ। 550 ਤੋਂ ਉੱਤੇ ਪ੍ਰਾਈਵੇਟ ਡਾਕਟਰਸ ਨੇ ਹੈਲਥ ਡਿਪਾਰਟਮੈਂਟ ਨੂੰ ਲਿਖ ਕੇ ਆਪਦੀ ਜਿਹੜੀ ਹੈਗੀ ਡਿਊਟੀ ਸਮਰਪਿਤ ਕਰਨ ਲਈ ਗੱਲ ਕੀਤੀ ਹੈਗੀ ਹੈ।
ਸੋ ਕੋਆਪਰੇਸ਼ਨ ਸਾਹਿਬ ਮਿਲਣਾ ਸ਼ੁਰੂ ਹੋ ਗਿਆ ਗਵਰਨਮੈਂਟ ਸਹਿਯੋਗ ਨਾਲ। ਸ਼ੁਰੂ ਸ਼ੁਰੂ ਵਿੱਚ ਕੇਪੀ ਜੀ ਜਿਹਨੂੰ ਕਹਿ ਲੈਂਦਾ ਸਭ ਕੁਛ ਹੀ ਧੁੰਦਲਾ ਸੀ, ਕਿਸੇ ਨੂੰ ਕੁਛ ਪਤਾ ਨਹੀਂ ਸੀ ਕਿ ਘਬਰਾਹਟ ਸ਼ੁਰੂ ਹੋ ਗਈ ਸੀ। ਜਿਵੇਂ ਜਿਵੇਂ ਸਿਸਟਮ ਸਹੀ ਬੈਠ ਰਿਹਾ ਹੈਗਾ, ਸਿਸਟਮ ਦੇ ਵਿੱਚ ਜੇ ਕਿਤੇ ਨੋਰਮੈਲਸੀ ਨਹੀਂ ਸੀ ਉਹ ਆ ਗਈ ਹੈਗੀ ਹੈ। ਡਾਕਟਰਸ ਅੱਗੇ ਆ ਗਏ ਹੈਗੇ ਆ, ਸੇਵਾ ਕਰਨੀ ਚਾਹੁੰਦੇ ਆ, ਸਰਕਾਰ ਨਾਲ ਜੁੜ ਕੇ ਮਰੀਜ਼ਾਂ ਤੱਕ ਪਹੁੰਚ ਕੇ ਜੋ ਵੀ ਉਹਨੂੰ ਡਿਊਟੀ ਮਿਲਦੀ ਹੈ ਕਰਨਾ ਚਾਹੁੰਦੇ ਆ। ਕੈਪਟਨ ਸੰਦੀਪ ਸਿੰਘ ਸੰਧੂ, ਤੁਸੀਂ ਸਾਰੇ ਅਫਸਰਾਂ ਨਾਲ ਇਨ ਟੱਚ ਰਹਿੰਦੇ ਹੋ, ਮੁੱਖ ਮੰਤਰੀ ਸਾਹਿਬ ਨਾਲ ਤੁਹਾਡੇ ਸਾਰੀ ਗੱਲਬਾਤ ਹੁੰਦੀ ਹੈ। ਸਵਾਲ ਇਹ ਹੈਗਾ ਕਿ ਹੁਣ ਸਾਰੇ ਅਫਸਰ ਜਾਂ ਮੁੱਖ ਮੰਤਰੀ ਸਾਹਿਬ, ਉਹਨਾਂ ਨੂੰ ਇਹ ਲੱਗਦਾ ਪਿਆ ਕਿ ਹੁਣ ਕਰਫਿਊ ਜਾਂ ਲੋਕਡਾਊਨ ਹੋਰ ਵਧਾਉਣ ਦੀ ਜ਼ਰੂਰਤ ਹੈਗੀ ਹੈ ਕਿਉਂਕਿ ਕੈਬਨਿਟ ਬੈਠਕ ਵੀ ਹੈ? ਦੇਖੋ, ਇਹ ਸੀਐਮ ਸਾਹਿਬ ਨੇ ਇੰਡੀਵਿਜੁਅਲ ਲੈਵਲ ਤੇ ਅਫਸਰਾਂ ਤੋਂ ਵੀ ਫੀਡਬੈਕ ਲਿੱਤਾ, ਫੀਲਡ ਆਫੀਸਰਸ ਤੋਂ, ਸੈਕਟਰੀ ਜਿਹੜੇ ਬਹਿੰਦੇ ਸੈਕਟਰੀਏਟ ਉਹਨਾਂ ਤੋਂ ਅਲੱਗ ਤੌਰ ਤਰੀਕੇ ਨਾਲ ਲਿੱਤਾ, ਪੋਲੀਟੀਕਲ ਪਾਰਟੀਜ਼ ਤੋਂ ਲਿੱਤਾ। ਜਿਹੜਾ ਤੁਸੀਂ ਮੈਨੂੰ ਸਵਾਲ ਪੁੱਛਿਆ ਸੀ ਵੀ ਕੀ ਪੁੱਛਿਆ ਗਿਆ ਸੀ, ਆਹ ਵੀ ਇੱਕ ਸਵਾਲ ਸੀਗਾ ਕਿ ਉਹਨਾਂ ਦੀ ਕੀ ਸੋਚ ਹੈ ਲੋਕਡਾਊਨ ਨੂੰ ਲੈ ਕੇ। MLA ਸਾਹਿਬਾਨਾਂ ਤੋਂ ਪੁੱਛਿਆ ਗਿਆ ਹੈਗਾ, ਜਿਹੜੇ ਬਿਜ਼ਨਸ ਇੰਡਸਟਰੀ ਨੂੰ ਕਹਿ ਲਓ ਜਾਂ ਉਹ ਹੈਗੇ ਉਹਨਾਂ ਤੋਂ ਪੁੱਛਿਆ ਗਿਆ ਹੈਗਾ, ਔਰ ਕੱਲ ਆਪਦੀ ਵਜ਼ਾਰਤ ਨਾਲ ਆਪਦੇ ਮੈਂਬਰ ਜਿਹੜੇ ਉਹਨਾਂ ਦੀ ਵਜ਼ਾਰਤ ਵਿੱਚ ਉਹਨਾਂ ਨਾਲ ਇਹ ਸਾਰੀਆਂ ਗੱਲਾਂ ਸਾਂਝਾ ਕਰਕੇ ਫਿਰ ਇਹ ਅਗਲਾ ਫੈਸਲਾ ਲੈਣਗੇ। ਫੈਸਲਾ ਜਿਹੜਾ ਹੈਗਾ, ਮੈਂ ਜਿਵੇਂ ਦੱਸਿਆ, ਬੜਾ ਵੱਡਾ ਫੈਸਲਾ ਹੈ, ਇਸ ਤੇ ਆਪਾਂ ਕਿੰਤੂ ਪਰੰਤੂ ਜਾਂ ਕਿਸੇ ਕਿਸਮ ਦਾ ਕੋਈ ਉਹ ਨਹੀਂ ਉਠਾ ਸਕਦੇ। ਕੱਲ ਇੱਕ ਜਿਹੜਾ ਚਿੱਠੀ ਦਾ ਆਪਾਂ ਜ਼ਿਕਰ ਕੀਤਾ ਹੈ ਉਹਦੇ ਕਰਕੇ ਕਨਫਿਊਜ਼ਨ ਪੈਦਾ ਹੋ ਗਈ ਸੀ, ਇਸ ਕਰਕੇ ਕਿਉਂਕਿ ਫੈਸਲਾ ਸਿਰਫ ਇਹ ਹੱਕ ਵੀ ਇਸ ਫੈਸਲੇ ਲੈਣ ਦਾ ਸਿਰਫ ਤੇ ਸਿਰਫ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਕੋਲ ਹੈ। ਕੱਲ ਉਹਨਾਂ ਦੀ ਕੈਬਨਿਟ ਦੇ ਨਾਲ ਮੀਟਿੰਗ ਹੈ ਔਰ ਜ਼ਰੂਰ ਕੋਈ ਨਾ ਕੋਈ ਜੋ ਫੈਸਲਾ ਹੋਊਗਾ ਉਹ ਲੈਣਗੇ ਔਰ ਪੰਜਾਬ ਦੇ ਲੋਕਾਂ ਨੂੰ ਦੱਸਣਗੇ। ਸੰਤ ਸਾਹਿਬ, ਇੱਕ ਛੋਟਾ ਸਵਾਲ ਹੋਰ ਅਖੀਰ ਵਿੱਚ, ਮੈਨੂੰ ਲੱਗਦਾ ਟਾਈਮ ਓਵਰ ਹੋ ਰਿਹਾ, ਪਰ ਇੱਕ ਛੋਟਾ ਸਵਾਲ ਹੈਗਾ ਹੈ। ਕੋਰੋਨਾ ਵਾਇਰਸ ਆਪਣੇ ਆਪ ਵਿੱਚ ਪੈਂਡੈਮਿਕ ਹੈਗੀ ਹੈ, ਇਸ ਦੇ ਨਾਲ ਅਸੀਂ ਲੜ ਰਹੇ ਹਾਂ, ਪਰ ਬਾਕੀ ਜਿਹੜੇ ਮਰੀਜ਼ ਨੇ, ਜਿਹੜਾ ਇੱਕ ਸਵਾਲ ਸੀਗਾ ਇਹ ਸਾਡੇ ਕਾਲਰਸ ਨੇ ਜਿਹੜਾ ਸਵਾਲ ਪੁੱਛਿਆ, ਕਈ ਹੋਰ ਬਿਮਾਰੀਆਂ ਦੇ ਜਿਹੜੇ ਮਰੀਜ਼ ਨੇ ਉਹ ਆਪਣੇ ਘਰੋਂ ਬਾਹਰ ਆ ਕੇ ਇਲਾਜ ਨਹੀਂ ਕਰਵਾ ਪਾ ਰਹੇ, ਉਹ ਕਹਿ ਰਹੇ ਪ੍ਰਾਈਵੇਟ ਡਾਕਟਰ ਅਵੇਲੇਬਲ ਨਹੀਂ ਹੈਗਾ, ਗੌਰਮੈਂਟ ਹੋਸਪਿਟਲ ਵਿੱਚ ਜਿਹੜਾ ਹੈਗਾ ਸਾਰਾ ਮੇਨ ਫੋਕਸ ਜਿਹੜਾ ਹੈਗਾ ਉਹ ਕੋਰੋਨਾ 'ਤੇ ਹੋ ਜਾਂਦਾ, ਅਤੇ ਅਸੀਂ ਕਿਵੇਂ ਜਾਈਏ ਇਸ ਨੂੰ, ਕਿਵੇਂ ਗੌਰਮੈਂਟ ਬੈਲੈਂਸ ਕਰ ਰਹੀ ਹੈ ਇਸ ਵੇਲੇ? ਚੌਹਾਨ ਸਾਹਿਬ, ਸ਼ੁਰੂ ਸ਼ੁਰੂ ਦੇ ਵਿੱਚ ਬਿਲਕੁਲ ਆ ਇਸ਼ੂ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਇਹ ਪ੍ਰੋਬਲਮਸ ਆ ਰਹੀਆਂ ਸੀ। ਹੁਣ ਮੈਂ ਅੱਜ ਦਾ ਐਗਜ਼ਾਮਪਲ ਦਿੰਦਾ, ਜਿਵੇਂ ਸਿਵਲ ਹਸਪੀਟਲ ਹੈਗਾ ਲੁਧਿਆਣੇ ਦਾ, ਉਹਨਾਂ ਨੇ ਜਿਹੜਾ ਸਿਵਲ ਹਸਪੀਟਲ ਦਾ ਪ੍ਰੀਮਿਸਿਸ ਹੈ ਉਹਨੂੰ ਕੋਵਿਡ 'ਚ ਲੈ ਲਿਆ, ਤੇ ਜਿਹੜਾ ESI ਹੈ ਉੱਥੇ ਸਾਰੀਆਂ OPDs ਲੈ ਗਿਆ, ਤਾਂ ਕਿ ਦੋਨਾਂ ਚੀਜ਼ਾਂ ਨੂੰ ਵੱਖਰਾ ਕਰ ਦਿੱਤਾ ਹੈਗਾ। ਇਸੇ ਤਰੀਕੇ ਨਾਲ ਜਿਹੜੇ ਕਾਰਪੋਰੇਟ ਹਸਪੀਟਲ ਸ਼ੁਰੂ ਸ਼ੁਰੂ 'ਚ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਿਵੇਂ ਚੀਜ਼ ਨੂੰ ਹੈਂਡਲ ਕਰਾਂਗੇ, ਉਹਨਾਂ ਨੇ ਵੀ ਆਈਸੋਲੇਸ਼ਨ ਵਾਰਡਸ ਆਪਦੇ ਅਲੱਗ ਕਰਤੇ ਹੈ ਔਰ ਜਿਹੜੀਆਂ ਨਾਰਮਲ OPDs ਆ, ਜਿਹੜੀਆਂ ਨਾਰਮਲ ਐਮਰਜੈਂਸੀਜ਼ ਹੈ ਉਹਨਾਂ ਨੂੰ ਹੈਂਡਲ ਕਰਨ ਦਾ ਜਿਹੜਾ ਸਿਸਟਮ ਹੈ ਉਹ ਸ਼ੁਰੂਆਤ ਉਹਦੀ ਜਾਂ ਉਹਨੂੰ ਦੁਬਾਰਾ ਸ਼ੁਰੂ ਕਰ ਦਿੱਤਾ। ਜਿਹੜੀਆਂ ਸ਼ੁਰੂ ਸ਼ੁਰੂ 'ਚ ਕੁਛ ਪ੍ਰੋਬਲਮਸ ਆਈਆਂ ਸੀ, ਮੈਂ ਜਿਵੇਂ ਦੱਸਿਆ ਕਿ ਰੋਜ਼ ਨਵੀਂ ਨਾ ਨਵੀਂ ਜਿਹੜੀ ਹੈ ਇਵੋਲਵ ਹੁੰਦੀ ਹੈ, ਉਹ ਨਾਲ ਦੀ ਨਾਲ ਉਸ ਨੂੰ ਠੀਕ 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 ਹੈ ਠੀਕ ਹੈ ਠੀਕ ਹੈ। ਕੈਪਟਨ ਸੰਦੀਪ ਸਿੰਘ ਸੰਧੂ, ਅਸੀਂ ਤੁਹਾਡੇ ਤੋਂ ਹੋਰ ਵੀ ਬਹੁਤ ਸਾਰੇ ਸਵਾਲ ਲੈਣੇ ਸੀਗੇ, ਜਿਵੇਂ ਇਹ ਸਵਾਲ ਵੀ ਬਣਦਾ ਸੀਗਾ ਕਿ ਜਿਹੜੇ ਲਾਸ਼ ਲੈਣ ਤੋਂ ਮਨਾ ਕਰਦੇ ਪਏ ਆ ਉਹਨਾਂ ਧੀਆਂ ਪੁੱਤ ਨੂੰ ਪ੍ਰੋਪਰਟੀ 'ਤੇ ਵੀ ਹੱਕ ਨਾ ਹੋਵੇ, ਇਹ ਵੀ ਤੁਹਾਡੇ ਮੰਤਰੀ ਕਰੇ, ਮੈਂ ਇਹ ਸਵਾਲ ਵੀ ਲੈਣਾ ਸੀਗਾ। ਸਵਾਲ ਇਹ ਵੀ ਲੈਣਾ ਸੀਗਾ ਕਿ ਤੁਹਾਡੇ MLA, ਤੁਹਾਡੇ ਮੰਤਰੀ, ਮੁੱਖ ਮੰਤਰੀ ਸਾਹਿਬ ਜਾਂ ਹੋਰ ਲੋਕ ਆ ਜਿਹੜੇ ਆਪਣੇ ਤਨਖਾਹਾਂ ਦੇ ਵਿੱਚ ਕਟੌਤੀ ਦੀ ਮੰਗ ਕਰਦੇ ਪਏ ਆ ਜਾਂ ਤਨਖਾਹਾਂ ਦਾਨ ਕਰਨ ਦੀ ਗੱਲ ਕਰਦੇ ਪਏ, ਉਹਦਾ ਪ੍ਰੋਸੀਜਰ ਕੀ ਹੈਗਾ, ਮੈਂ ਸਵਾਲ ਇਹ ਵੀ ਲੈਣਾ ਸੀਗਾ। ਸਵਾਲ ਉਹ ਵੀ ਲੈਣਾ ਸੀਗਾ ਕਿ ਜਿਹਨਾਂ ਮੁਲਾਜ਼ਮਾਂ ਕੋਲ ਤਨਖਾਹਾਂ ਨਹੀਂ ਪਹੁੰਚੀਆਂ ਉਹਨਾਂ ਬਾਰੇ ਸਰਕਾਰ ਕੀ ਕਰ ਰਹੀ ਹੈ। ਸਵਾਲ ਇਹ ਵੀ ਲੈਣਾ ਸੀਗਾ ਕਿ ਤੁਸੀਂ ਕਿਹਾ ਪੂਰੀ ਸੈਲਰੀ ਇਸ ਵਾਰੀ ਦਿੱਤੀ ਜਾਊਗੀ, ਅਗਲੇ ਮਹੀਨੇ ਦਾ ਕੀ ਬਣੇਗਾ, ਸਵਾਲ ਉਹ ਵੀ ਲੈਣਾ ਸੀਗਾ। ਸਵਾਲ ਇਹ ਵੀ ਲੈਣਾ ਸੀਗਾ ਕਿ ਕਿਸਾਨਾਂ ਲਈ ਕਿਹੋ ਜਿਹੇ ਬੰਦੋਬਸਤ ਆ, ਬਹੁਤ ਸਾਰੇ ਸਵਾਲ ਸੀਗੇ, ਬਾਕੀ ਰਹਿ ਗਏ ਕੈਪਟਨ ਸੰਦੀਪ ਸਿੰਘ ਸੰਧੂ, ਅਤੇ ਕਿਤੇ ਹੋਰ ਮੌਕੇ 'ਤੇ ਤੁਹਾਡੇ ਤੋਂ ਸਵਾਲ ਜ਼ਰੂਰ ਲਾਊਂਗਾ, ਪਰ ਜਿਸ ਤਰੀਕੇ ਨਾਲ ਇਸ ਵਕਤ ਤੁਸੀਂ ਕੰਮ ਕਰ ਰਹੇ ਹੋ, ਜਿਵੇਂ ਹਮੇਸ਼ਾ ਤੁਹਾਡਾ ਇਤਰਾਜ਼ ਮੀਡੀਆ ਤੋਂ ਰਹਿੰਦਾ ਕਿ ਮੀਡੀਆ ਇਹ ਨਹੀਂ ਦੱਸਦਾ ਠੀਕ ਕਿੰਨੇ ਹੋਏ ਆ, ਅਸੀਂ ਉਹ ਵੀ ਦੱਸਦੇ ਹਾਂ ਠੀਕ ਕਿੰਨੇ ਹੋਏ ਆ, ਅਸੀਂ ਇਹ ਵੀ ਦੱਸਦੇ ਹਾਂ ਸਰਕਾਰ ਦੀਆਂ ਕਮੀਆਂ ਕੀ ਹੈਗੀਆਂ, ਅਸੀਂ ਤੱਥ ਅਤੇ ਅੰਕੜੇ ਹਮੇਸ਼ਾ ਆਪਦੇ ਅੱਗੇ ਰੱਖ ਕੇ ਸਰਕਾਰ ਦੀਆਂ ਅੱਖਾਂ ਵੀ ਖੋਲਦੇ ਹਾਂ, ਅਤੇ ਸਰਕਾਰ ਜਿਸ ਤਰੀਕੇ ਨਾਲ ਸਾਡੀ ਗੱਲ ਨੂੰ ਅੱਗੇ ਵਧਾ ਰਹੀ ਹੈ ਉਸ ਲਈ ਸਰਕਾਰ ਦਾ ਧੰਨਵਾਦ ਵੀ ਕਰਦੇ ਹਾਂ, ਕਿਉਂਕਿ ਕਿਸਾਨਾਂ ਦੀਆਂ ਕਈ ਸਮੱਸਿਆਵਾਂ ਅਸੀਂ ਸਰਕਾਰ ਦੇ ਅਫਸਰ ਅੱਗੇ ਰੱਖੀਆਂ, ਉਹਨਾਂ ਮੰਗਾਂ 'ਤੇ ਤੁਸੀਂ ਵਿਚਾਰ ਵੀ ਕੀਤਾ, ਤੁਹਾਡਾ ਉਹਦੇ ਲਈ ਵੀ ਧੰਨਵਾਦ। ਜਿਹੜੀਆਂ ਮੰਗਾਂ ਤੁਸੀਂ ਗੌਰ ਨਹੀਂ ਕਰੋਗੇ ਅਸੀਂ ਸਵਾਲ ਪੁੱਛਣ ਛੱਡਾਂਗੇ ਨਹੀਂ। ਕੈਪਟਨ ਸੰਦੀਪ ਸੰਧੂ, ਤੁਹਾਡਾ ਬਹੁਤ ਬਹੁਤ ਧੰਨਵਾਦ। ਪੰਜਾਬ ਬਹੁਤ ਬਹੁਤ KPG ਚੌਹਾਨ ਸਾਹਿਬ ਧੰਨਵਾਦ, ਬੜਾ ਅੱਛਾ ਲੱਗਿਆ ਤੁਸੀਂ ਇਸ ਜ਼ਰੀਏ ਮੌਕਾ ਦਿੱਤਾ, ਚੰਗਾ ਲੱਗਿਆ ਕਿ ਜਿਹੜੇ NRI ਭਰਾਵਾਂ ਵੱਲੋਂ ਸਵਾਲ ਆਏ, ਬਹੁਤ ਬਹੁਤ ਤੁਹਾਡੀ ਸਾਰਿਆਂ ਦੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ। ਚਲੋ, ਬਹੁਤ ਸ਼ੁਕਰੀਆ ਕੈਪਟਨ ਸੰਦੀਪ ਸੰਧੂ। ਇੱਕ ਸਵਾਲ NRI ਦਾ ਵੀ ਰਹਿ ਗਿਆ ਕਿ NRI 'ਤੇ ਜਿਹੜਾ ਇਹ ਇੱਥੇ ਬਲੇਮ ਗੇਮ ਖੇਡੇ ਗਈ, ਹਾਲਾਂਕਿ ਮੁੱਖ ਮੰਤਰੀ ਸਾਹਿਬ ਨੇ ਉਸ 'ਤੇ ਚੀਜ਼ਾਂ ਸਾਫ਼ ਕੀਤੀਆਂ ਸੀ, ਉਹ ਸਵਾਲ ਵੀ ਐਡਰੈਸ ਕਰਨਾ ਬਣਦਾ। ਸਵਾਲ ਇਹ ਵੀ ਐਡਰੈਸ ਕਰਨਾ ਬਣਦਾ ਕਿ ਕਈ ਜਿਹੜੇ ਇੱਥੋਂ ਦੇ ਵਿਦਿਆਰਥੀ ਹੈਗੇ ਆ ਬਾਹਰਲੇ ਮੁਲਕਾਂ ਵਿੱਚ ਫਸੇ ਆ, ਸਰਕਾਰ ਉਹਨਾਂ ਲਈ ਕੀ ਕਰ ਰਹੀ ਹੈ, ਉਹ ਸਵਾਲ ਵੀ ਆਪਾਂ
यूएस नूं लोड़ सी तां इंडिया तो जिहड़ी हैगी सप्लाई हुई है, यानी इलाज जिहड़ा हैगा उह असीं दे रहे हां इस वेले। सो किसी भी कंट्री नूं इह कहिणा कि थर्ड वर्ल्ड कंट्री है, इसे कंट्री तो तुसीं गए हो, उस कंट्री दे बारे कुछ भी बोलने तो पहले एक बार सोच जरूर लिया करो कि उस देश नूं किस लैवल ते खड़ा करके तुसीं देखते हो। गगन ने क्लोरोक्वीन का जिक्र किया है तो मैं कहूँगा कि हमेशा हर गल दे विच कनीन ना रखिया करो, कड़त्ता ना रखिया करो, सानू सिर जोड़ना पवेगा, इकट्ठे होना पवेगा। ये भी अपना ही पंजाब हैगा, ये भी अपना ही अपनी ही दुनिया हैगी, अपना ही देश हैगा, सारे इकट्ठे हो जाओ फिर ही आप इस नाल लड़ सकांगे। कल्ला पंजाब जां भारत जां कल्ला अमरीका पीड़ित नहीं हैगा, दुनिया के बहुत सारे मुल्क है कोने कोने विच करोना बैठा होया, ते करोना खिलाफ लड़ना जे हैगा ते आपदा दिल मजबूत रखो। बहुत धन्यवाद।